ਦੋਸਤੋ, ਅਗਰ ਤੁਸੀਂ ਰੋਜ਼ਾਨਾ ਕਬੱਡੀ ਦੇ ਨਵੇਂ ਮੈਚਸ ਜਾਂ ਨਵੀਂ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਪਾਕਿਸਤਾਨ ਦਾ ਸਭ ਤੋਂ ਵੱਡਾ ਕਬੱਡੀ ਦਾ ਇਸ਼ਕ ਯੂਟਿਊਬ ਚੈਨਲ ਲਾਜ਼ਮੀ ਸਬਸਕ੍ਰਾਈਬ ਕਰੋ ਔਰ ਇਸ ਦੇ ਨਾਲ ਬੈਲ ਦੇ ਆਈਕਾਨ ਨੂੰ ਵੀ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਵਿੱਚੋਂ ਇੱਕ ਨੂੰ ਡਿੱਗਣਾ ਪੈਣਾ ਹੀ, ਭਾਵੇਂ ਲੱਖ ਨੇ ਲੋਕ ਮੰਗਾਰੇ, ਤੇਰੇ ਵੀ ਤੇ ਮੇਰੇ ਵੀ ਮੀਆਂਤੀ ਦੀ ਕਬੱਡੀ ਸਦਕੇ ਜਾਵਾ ਨੌਜਵਾਨਾਂ, ਪਾ ਕਬੱਡੀ ਇਰਾਨ ਦਾ ਤਾਜ਼ਾ ਤਾਜ਼ਾ ਦੌਰਾ ਸਦਕੇ ਅੱਗੇ ਚੌਹਾਂ ਦੀ ਚੇਨ, ਨਾਸਰ ਗੱਗਾ, ਸੈਫ ਜੱਟ ਪੱਲੇ ਇੱਥੇ ਲੱਗਣਾ ਹੈ ਪਤਾ। ਸਦਕੇ ਜਾਵਾ ਆਪਾਂ ਬਿਲਕੁਲ ਕਬੱਡੀ ਦੇ ਨਾਲ ਨਾਲ ਰਵਾਂਗੇ। ਮੁੰਡੇ ਨੇ ਖੁੱਚ ਪੱਟੀ ਹੈ, ਉਹ ਦੇਖੋ ਭਾਰਤ ਨੇ ਲੱਕ ਭਰਿਆ ਗਿਆ, ਕਹਿੰਦੇ ਲੱਕ ਦੁਆਲੇ ਬਾਵਾਂ ਤਾਰੀਆਂ ਚਾਹੀਦੀਆਂ, ਫਿਰ ਔਖੀਆਂ ਹੋ ਗਈਆਂ ਰਾਵਾਂ, ਲੱਕ ਦੁਆਲੇ ਬਾਵਾਂ ਤੇ ਔਖੀਆਂ ਹੋ ਗਈਆਂ ਰਾਵਾਂ। ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਪਹਿਲਾ ਵਾਰਾ ਨਾ ਹੈ ਮੁੰਡੇ ਦਾ, ਭੱਟ ਪੁੱਤ ਦੀ ਕਬੱਡੀ, ਮੁਹੰਮਦ ਉਸਮਾਨ ਭੱਟ, ਪੰਜਾਬ ਪੁਲਿਸ ਦੇ ਕਪਤਾਨ ਦੀ ਕਬੱਡੀ ਪੈ ਗਈ ਹੈ ਇੱਧਰ। ਸਦਕੇ ਜਾਵਾਂ ਨੌਜਵਾਨਾਂ, ਬੱਲੇ ਉਹ ਵੇਖੋ ਗੱਭਰੂ ਕੀ ਕਰਦਾ ਪਿਆ, ਇਹ ਇੱਥੇ ਲੱਗਣਾ ਹੈ ਪਤਾ। ਬੱਲੇ ਇਹ ਹੰਡੇ ਦੂਰ ਕੀਤੇ ਹੈ ਜਾਫੀ ਨੇ, ਪਰ ਨੰਬਰ ਕਬੱਡਰ ਦਾ ਨੰਬਰ, ਫਿਰ ਇੱਕ ਵਾਰੀ ਕਬੱਡਰ, ਇੱਕ ਇੱਕ ਨੰਬਰ ਤੋਂ ਦੋਹਾਂ ਟੀਮਾਂ ਬਰਾਬਰ। ਜ਼ਿੰਦਾਬਾਦ ਜੀ। ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਕਾਸ਼ਿਫ ਕਾਸ਼ੀ ਵੱਟੂ, ਚੱਲ ਪਏ ਵੱਟੂਆਂ ਅੱਗੇ ਚੌਹਾਂ ਦੀ ਚੇਨ, ਕਹਿੰਦੇ ਆਉਂਦੇ ਧਾਵੀ ਨੂੰ ਵੇਖ ਕੇ ਕਹਿਣ ਜਾਫੀ ਸਮਝ ਗਏ ਆ ਤੇਰੀ ਅਦਾ ਰੱਖਾ, ਸਾਥੋਂ ਬਚ ਕੇ ਜਾਣਾ ਹੈ ਬਹੁਤ ਔਖਾ, ਇੱਕ ਵਾਰੀ ਤੂੰ ਹੱਥ ਤੇ ਲਾ ਰੱਖਾ, ਇੱਕ ਵਾਰੀ ਤੂੰ ਹੱਥ ਤੇ ਲਾ ਰੱਖਾ। ਨੌਜਵਾਨ ਮੁਹੰਮਦ ਆਜ਼ਮ ਪ੍ਰਿੰਸ ਕਹਿੰਦੇ ਨੌਜਵਾਨ ਨੂੰ, ਚੱਲ ਪਏ ਪ੍ਰਿੰਸਾ ਅੱਗੇ ਚਾਰ ਜਾਫੀ, ਅੱਗੇ ਸੈਂਡੋ ਸਦਕੇ, ਅੱਗੇ ਅਲੀ ਅਬਦੁੱਲਾ, ਅੱਗੇ ਆਮਰ ਵਹੀਦ, ਇੱਥੇ ਲੱਗਣਾ ਹੈਗਾ ਪਤਾ। ਮਲਕ ਸੈਂਡੋ ਨਾਲ ਟੱਕਰ ਹੋਈ ਆ, ਪਰ ਨੰਬਰ ਆਜ਼ਮ ਦਾ, ਕਹਿੰਦਾ ਜਿੱਤ ਕੇ ਹੀ ਜਾਣਾ, ਮੈਂ ਜਾਣਾ ਨਹੀਂ ਉਹ ਹਾਰ ਕੇ। ਕਬੱਡੀ ਪਾਏਗਾ ਮੁਹੰਮਦ ਅਦਨਾਨ ਹਨਾਨੀ, ਕਹਿੰਦੇ ਗੱਭਰੂ ਨੂੰ ਨਾਨੀ ਗੁੱਜਰ, ਚੱਲ ਪਏ ਗੁਜਰਾ ਤੈਨੂੰ ਰੱਬ ਦੀਆਂ ਰੱਖਾਂ, ਇਹ ਸ਼ਿਮਲਾ ਪਿਓ ਦੀ ਪੱਗ ਦਾ ਤੇ ਮਾਂ ਦੇ ਸਿਰ ਦੀ ਸ਼ਾਨ, ਪੁੱਤ ਜੰਮਿਆ ਮਾਂ ਨੇ ਸੂਰਮਾ ਜਿਹਦੀ ਸਭ ਤੋਂ ਵੱਖਰੀ ਦੱਖ, ਨਾਸਰ ਗੱਗੇ ਨਾਲ ਕੀ ਹੋਇਆ ਟਕਰਾਏ ਨੰਬਰ ਕਬੱਡਰ ਦਾ, ਅਭੀ ਅਭੀ ਕਹਿੰਦੇ ਤਾਜ਼ਾ ਇਰਾਨ ਦਾ ਟੂਰ ਲਾ ਕੇ ਨੌਜਵਾਨ ਆਇਆ ਹੈ ਜ਼ਿੰਦਾਬਾਦ ਕਬੱਡੀ ਪਾਉਣ ਵਾਸਤੇ। ਇੱਕੜੀ ਫਿਰ ਮੁਹੰਮਦ ਉਸਮਾਨ ਭੱਟ, ਪੰਜਾਬ ਪੁਲਿਸ ਦੀ ਕਰਦਾ ਪਿਆ ਨੁਮਾਇੰਦਗੀ ਕਬੱਡੀ ਦੇ ਉੱਪਰ ਨੌਜਵਾਨ ਮੁਹੰਮਦ ਉਸਮਾਨ ਭੱਟ, ਚੌਹਾਂ ਦੀ ਚੇਨ ਉੱਧਰ ਦੇਖਣਾ ਪਏਗਾ, ਉਹ ਲੱਗਾ ਹੈ ਦੋ ਨੰਬਰ ਤੋਂ ਟੱਕਰ, ਅਲੀ ਅਬਦੁੱਲਾ ਨਾ ਹੈ ਮੁੰਡੇ ਦਾ, ਪਰ ਨੰਬਰ ਉਸਮਾਨ ਭੱਟ ਦਾ, ਕਬੱਡੀ ਦਾ ਬਹੁਤ ਸੋਹਣਾ ਤਜਰਬਾ ਰੱਖਦਾ ਹੈ ਮੁੰਡਾ। ਕਬੱਡੀ ਪਾਉਣ ਵਾਸਤੇ ਇੱਕੜੀ ਫਿਰ ਪੰਜਾਬ ਦੀ ਟੀਮ ਦੀ ਨੁਮਾਇੰਦਗੀ ਕਰਦਾ ਹੈ ਨੌਜਵਾਨ ਮੀਆਂ ਆਤੀ, ਆਤਸ ਚੱਲ ਪਈ ਸੋਹਣਿਆ ਕਬੱਡੀ ਪਾ ਦੇ ਸ਼ੇਰਾ, ਉਹ ਦੇਖੋ ਗੱਭਰੂ ਰੈਫਰੀ ਸਾਹਿਬ ਦਾ ਇਸ਼ਾਰਾ, ਡਬਲ ਟੱਚ, ਨੰਬਰ ਕਬੱਡਰ ਦਾ, ਨੰਬਰ ਕਬੱਡਰ ਦਾ, ਮੋਹਤਰਮ ਖਾਲ ਸਾਹਿਬ ਦਾ ਇਸ਼ਾਰਾ ਕਿ ਨੰਬਰ ਕਬੱਡਰ ਦਾ। ਅਗਲੀ ਕਬੱਡੀ ਪਾਉਣ ਵਾਸਤੇ ਨੌਜਵਾਨ ਚੱਲ ਪਈ ਸ਼ੇਰਾ ਪਾ ਕਬੱਡੀ, ਸਦਕੇ ਜਾਵਾਂ ਮੁਸ਼ਕਾ ਜਿਹਾ ਰੰਗ ਮੁੰਡੇ ਦਾ, ਇੱਥੇ ਲੱਗਣਾ ਹੈ ਪਤਾ। ਸਦਕੇ ਜਾਵਾਂ ਮੁਰਸ਼ਦਾ ਬਾਜ, ਰਾਹ ਨਹੀਂ ਮਿਲਦੇ ਸੌ ਸੌ ਕਰੀਏ ਹੀ ਦੇ, ਤੇ ਮੰਤਰਾ ਬਾਜ ਮੁਹੰਮਦ ਬਖਸ਼ਾ, ਨਾਗ ਨਹੀਂ ਜਾਂਦੇ ਕੀਲੇ ਸਦਕੇ, ਉਹ ਵੇਖੋ ਕੀ ਬੰਦਾ ਏ ਗਿੱਟਾ ਫੜਿਆ, ਪਰ ਨਹੀਂ ਨੰਬਰ, ਹੁਣ ਤਾਲੀਆਂ ਜਿੱਥੇ ਬਣਦੀਆਂ ਉੱਥੇ ਫਿਰ ਬਚਣੀਆਂ ਚਾਹੀਦੀਆਂ। ਨੰਬਰ ਕਬੱਡਰ ਦਾ ਕਾਸ਼ੀ ਵੱਟੂ, ਚੱਲ ਪਈ ਜੀ ਅਗਲੇ ਵਾਰੇ ਤੇ ਕਾਸ਼ੀ ਵੱਟੂ, ਕਹਿੰਦੇ ਸਾਂਗਰੇ ਦੇ ਲਾਗੇ ਦਾ ਇਲਾਕਾ ਇਸ ਗੱਭਰੂ ਦਾ, ਜੋ ਟੀਮ ਦੀ ਕਪਤਾਨੀ ਕਰ ਚੁੱਕਿਆ ਪੰਜਾਬ ਦੀ ਟੀਮ ਦੀ, ਲਓ ਸਾਹਮਣੇ ਇਧਰਲੇ ਪਾਸੇ ਵੇਖਣਾ, ਲੇਕਿਨ ਹਲਕਾ ਜਿਹਾ ਟੱਚ ਕਾਸ਼ਿਫ ਅਲੀ ਕੰਬੋ ਦੇ ਨਾਲ, ਔਰ ਪੁਆਇੰਟ ਪੰਜਾਬ ਦੀ ਟੀਮ ਦੇ ਹਿੱਸੇ, ਆ ਬਈ ਆਜ਼ਮ ਪ੍ਰਿੰਸ, ਫਿਰ ਵੇਖਾਂਗੇ ਕਿ ਰੱਬ ਦੇ ਆ ਕੰਮਾਂ ਦੇ ਕਮਾਲ ਬੜੇ ਵੇਖੇ ਨੇ, ਅੱਖੀ ਮੈਂ ਉਰੂਜ ਤੇ ਜ਼ਮਾਨ ਬੜੇ ਵੇਖੇ ਨੇ, ਤਪਦੀਆਂ ਸੜਕਾਂ ਤੇ ਰੋੜੀਆਂ ਪੇ ਕੁੱਟਦੇ ਫੁੱਲਾਂ ਜਾਂ ਗਰੀਬਾਂ ਦੇ ਮੈਂ ਬਾਲ ਬੜੇ ਵੇਖੇ ਨੇ। ਲੈ ਗਿਆ ਪੁਆਇੰਟ ਜੀ, ਇਸ ਲਈ ਪੰਜਾਬ ਪੁਲਿਸ ਦੀ ਟੀਮ ਦੇ ਵਾਸਤੇ ਇੱਕ ਨੰਬਰ ਦਾ ਕੀਤਾ ਵਾਅਦਾ। ਨਵੀਨ ਜੱਟ ਜੀ ਤਵੱਜੋ ਕਰਨੀ ਹੈ, ਮੁੰਡੇ ਦਾ ਨਾਂ ਤਾਹਰ ਗੁੱਜਰ ਹੈ, ਜੋ ਆਪਣਾ ਸ਼ਗਿਰਦ ਇਸ ਨੇ ਖੇਡ ਮੈਦਾਨ ਦੀ ਜ਼ੀਨਤ ਬਣਿਆ ਹੈ, ਚਾਰ ਜਾਪੀ ਨੇ, ਵੇਖਾਂਗੇ ਇੱਕ ਬੰਨੇ ਫੈਸਲ ਗੁੱਜਰ ਔਰ ਨਾਲ ਹੀ ਨਾਸਰ ਗੱਗੇ ਦੇ ਨਾਲ ਟੱਕਰ ਹੋਈ ਹੈ, ਜੋ ਵੱਡਾ ਜਾਪੀ ਗਿਣਿਆ ਜਾਂਦਾ ਹੈ, ਗੁੱਟ ਫੜਨ ਦੇ ਵਿੱਚ ਬੜੀ ਮੁਹਾਰਤ ਹੈ। ਆ ਬਈ ਗੱਭਰੂਆ ਪਾਰੇਡ, ਪਿੰਡ ਚੰਗੀ ਫਰੋਦ ਵਾਲਾ ਪੁਲ, ਕਹਿੰਦੇ ਡਿਸਟ੍ਰਿਕਟ ਗੁਜਰਾਂ ਵਾਲਾ, ਵੱਖਰੇ ਗੁਜਰਾਂ ਵਾਲਾ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਜੋ 8 ਅਗਸਤ 17 ਅਗਸਤ 2008 ਨੂੰ ਇਸ ਗੱਭਰੂ ਨੂੰ ਵਰਦੀ ਦੇ ਨਾਲ 5000 ਰੁਪਇਆ ਦਿੱਤਾ ਗਿਆ, ਔਰ ਇਸ ਵੇਲੇ ਕਹਿੰਦੇ ਪੰਜਾਬ ਪੁਲਿਸ ਟੀਮ ਦਾ ਕਪਤਾਨ ਹੈ। ਲੈ ਗਿਆ ਨੰਬਰ
ਪੰਜਾਬ ਪੁਲਿਸ ਦੀ ਟੀਮ ਦੇ ਵਾਸਤੇ ਇੱਕ ਨੰਬਰ ਦਾ ਕੀਤਾ ਵਾਅਦਾ। ਆ ਗਈ ਗੱਭਰੂਆ ਫਿਰ ਅਗਲੇ ਵਾਰ ਤੇ ਪੰਜਾਬ ਦੀ ਟੀਮ ਦੇ ਵੱਲੋਂ ਕਹਿੰਦੇ ਲੀਡਰ ਦਾ ਨਾਂ ਅਬਦੁਲ ਹਨਾਨ ਨਾ ਲੋ ਗੁੱਜਰ ਜਿਹੜੇ ਨਦੀਪ ਗੁੱਜਰ ਦਾ ਪੁੱਤਰ ਜਿਹੜੇ ਅਮੀਨ ਗੁੱਜਰ ਦਾ ਪੁੱਤਰ ਹੈ ਇਸ ਵੇਲੇ ਕਹਿੰਦੇ 44 ਪੂਨੇ ਦੇ ਨਾਲ ਪਿੰਡ ਹੈ। ਲਓ ਇਧਰਲੇ ਪਾਸੇ ਜਾਫਰ ਦਾ ਛੋਟਾ ਵੀਰ ਹੈ ਕੱਲ ਕਹਿੰਦੇ ਜਾਫਰ ਦੇ ਧੁੰਮਾ ਬਾਜਦੀ ਹੈ ਜੱਬੇ ਕਰਨ ਦੇ ਵਿੱਚ ਅੱਜ ਜਾਫਰ ਦਾ ਵੀਰ ਅੱਗੇ ਵੱਲ ਆਇਆ ਵੇਖਾਂਗੇ ਕਿ ਕੌਣ ਜਾਪੀ ਆਹ ਤਾੜੀ ਮਾਰੋ ਬਈ ਗੱਭਰੂ ਦੇ ਵਾਸਤੇ ਗੋਡੀ ਯਾਰ ਪੰਜਾਬ ਦੀ ਟੀਮ ਦੇ ਵਾਸਤੇ ਇੱਕ ਨੰਬਰ ਹੋਰ ਬਣਾਇਆ ਕਹਿੰਦੇ ਬਾਪ ਨੇ ਸਾਰੀ ਉਮਰ ਪਹਿਲੇ ਕਬੱਡੀ ਚੰਗੀ ਵੇਖੀ ਫਿਰ ਖੇਡੀ ਚੰਗੀ ਫਿਰ ਵਿੱਚ ਮੁਨਸਬ ਬਣ ਕੇ ਖਲੋਤਾ ਅੱਜ ਇਸ ਵੇਲੇ ਕਹਿੰਦਾ ਮੀਆਂ ਮੁਬੀਨ ਆਪਣੇ ਬਾਪ ਦੇ ਨਾਲ ਆਪਣੇ ਬਾਪ ਦੇ ਨਾਂ ਨੂੰ ਰੋਸ਼ਨ ਕਰਦਾ ਪਰ ਗੁੱਟ ਫੜਿਆ ਆਏ ਹਾਏ ਮਾਰੋ ਤਾੜੀ ਇਹ ਛੋਟਾ ਜਜ਼ਬਾ ਸੈਮ ਜੱਟ ਕਹਿੰਦੇ ਵਾਹ ਗੱਭਰੂਆ ਲਓ ਭਾਵੇਂ ਛੁੱਟ ਵੀ ਜਾਏ ਪਰ ਪੈਸੇ ਪੂਰੇ ਕਰ ਦਿੰਦੇ ਮੁੰਡੇ ਨੇ ਤਾੜੀ ਆਏ ਹਾਏ ਹਾਏ ਗੁੱਡ ਯਾਰ ਕਿਆ ਬਾਤ ਹੈ ਉੱਥੇ ਫਿਰ ਤਾੜੀਆਂ ਬਣਦੀਆਂ ਜੇ ਇੱਕ ਵਾਰੀ ਜੇ ਖੋਲ ਕੇ ਮਾਰੋ ਹਾਏ ਭਰੇ ਮੇਲੇ ਵਿੱਚ ਫੜੀ ਮੇਰੀ ਬਾਂਹ ਦੱਸ ਭਾਬੀ ਇਹ ਨੀ ਮੁੰਡਾ ਕਿਹੜੇ ਪਿੰਡ ਦਾ ਜਿੰਨੇ ਭਰੇ ਮੇਲੇ ਵਿੱਚ ਫੜੀ ਮੇਰੀ ਬਾਂਹ ਨੰਬਰ ਸਾਹਿਬ ਚੜਦਾ ਕਬੱਡੀ ਪਾਏਗਾ ਮੁਹੰਮਦ ਉਸਮਾਨ ਪੱਟ ਚੱਲ ਬਈ ਬੱਟਾ ਭਾਰੀ ਭਰਕਮ ਵਜੂਦ ਮੁੰਡੇ ਦਾ ਨੌਜਵਾਨ ਫਹੀਮ ਅਹਿਮਦ ਇੱਕ ਵਾਰੀ ਫੇਰ ਇੱਕ ਕੱਢੀ ਹੈ ਪਹਾੜਾਂ ਚ ਪਹਾੜ ਦੀ ਟੱਕਰ ਧੱਕ ਧੱਕ ਪਰਾਂ ਕਰਦਾ ਪਿਆ ਮੁੰਡਾ ਹਾਏ ਨੰਬਰ ਉਸਮਾਨ ਬੱਟ ਦਾ ਨੰਬਰ ਉਸਮਾਨ ਬੱਟ ਦਾ ਕਬੱਡੀ ਪਾਉਣ ਵਾਸਤੇ ਮੁਹੰਮਦ ਕਾਸ਼ਿਫ ਕਾਸ਼ੀ ਪੱਟੂ ਇੱਕ ਵਾਰੀ ਫੇਰ ਖੇਡ ਮੈਦਾਨ ਦੇ ਵਿੱਚ ਕਬੱਡੀ 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 ਕਰਦਾ ਹੋਇਆ ਅੱਜ ਸਾਹੀਵਾਲ ਦੇ ਵਿੱਚ ਇੱਕ ਵਾਰੀ ਫੇਰ ਕਬੱਡੀ ਦੀ ਫਤਿਹ ਹੋਣ ਡਈ ਆ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਖਾਬ ਪੂਰੇ ਹੁੰਦੇ ਪਏ ਨੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਖਾਬ ਕਿ ਪੰਜਾਬ ਕੀ ਪਾਕਿਸਤਾਨ ਨੂੰ ਖੇਡਾਂ ਦਾ ਮਰਕਜ਼ ਬਣਾਉਣਾ ਔਰ ਪਾਕਿਸਤਾਨ ਸਪੋਰਟਸ ਬੋਰਡ ਪੰਜਾਬ ਸਪੋਰਟਸ ਬੋਰਡ ਦੇ ਨਾਲ ਪੂਰਾ ਮੋਢਾ ਲਗਾਉਂਦੇ ਹੋਏ ਕਿ ਆਪਣੇ ਗਰਾਊਂਡਾਂ ਨੂੰ ਆਬਾਦ ਕਰਦੇ ਹੋਏ ਕਬੱਡੀ ਦੇ ਗਰਾਊਂਡਾਂ ਨੂੰ ਜ਼ਿੰਦਾਬਾਦ ਚੱਲ ਪਈ ਆਜ਼ਮ ਪ੍ਰਿੰਸ ਪ੍ਰਿੰਸਾਂ ਪਾ ਦੇ ਕਬੱਡੀ ਸ਼ੇਰਾ ਇੱਥੇ ਇੱਕ ਬੰਨੇ ਫਹੀਮੀ ਦੂਜੇ ਮੈਂ ਬੇਦਾ ਪਿਆ ਅਲੀ ਅਬਦੁੱਲਾ ਤੇ ਘਰੋਂ ਕਰਨ ਦੀ ਕੋਸ਼ਿਸ਼ ਕੀਤੀ ਆਮਰ ਵਹੀਦ ਜੱਟ ਬੰਦੇ ਚੋਹਾਂ ਦੀ ਚੇਨੋ ਬੱਚੀ ਕੈਂਚੀ ਗੁੱਟ ਫੜਿਆ ਮੁੰਡੇ ਨੇ ਹਾਏ ਹੱਥ ਹੱਥੀ ਲੱਗਿਆ ਨੰਬਰ ਕਬੱਡਰ ਦਾ ਨੰਬਰ ਕਬੱਡਰ ਦਾ ਅਗਲੀ ਕਬੱਡੀ ਪਾਉਣ ਵਾਸਤੇ ਤਾਰਾ ਗੁੱਜਰ ਸਦਕੇ ਜਾਵਾਂ ਨੌਜਵਾਨ ਕਬੱਡੀ 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 ਕਰਦਾ ਹੋਇਆ ਗੱਭਰੂ ਇਸ ਟਾਈਮ ਮੁਹੰਮਦ ਸ਼ਫੀਕ ਚਿਸ਼ਤੀ ਦਾ ਸ਼ਕੀਰ ਹੋਇਆ ਨੌਜਵਾਨ ਕਬੱਡੀ ਦੇ ਬਾਰੇ ਜੋ ਪਰਾਹ ਦੇਖੋ ਆਹ ਕੀ ਆਪਣਾ ਬਈ ਖਾਲੀ ਘੁੰਮਣ ਸਾਹਿਬ ਦੋ ਪੈ ਗਏ ਹੋ ਨੰਬਰ ਕਬੱਡਰ ਦਾ ਅਗਲੀ ਕਬੱਡੀ ਪਾਉਣ ਵਾਸਤੇ ਇੱਕ ਵਾਰੀ ਫਿਰ ਅੱਥਰਾ ਲਓ ਕਹਿੰਦੇ ਜਾਫਰ ਦਾ ਛੋਟਾ ਵੀਰ ਹੈ ਫਿਰ ਅਗਲੇ ਵਾਰ ਤੇ ਮੁੱਛ ਪੁੱਛ ਗਬਰ ਹੋਇਆ ਬਿਲਕੁਲ ਛੋਟੀ ਉਮਰ ਦਾ ਇਹ ਨੌਜਵਾਨ ਅੱਜ ਜ਼ਫਰ ਸਟੇਡੀਅਮ ਸਾਹੀਵਾਲ ਦੇ ਵਿੱਚ ਆਪਣੇ ਜਲਵੇ ਵਿਖਾ ਰਿਹਾ ਪਰ ਮਾਰ ਕੇ ਤਿੱਕਾ ਇਸ ਨੇ ਇੱਕ ਪੁਆਇੰਟ ਹੋਰ ਪੰਜਾਬ ਦੀ ਟੀਮ ਦੇ ਵਾਸਤੇ ਜੋੜ ਦਿੱਤਾ ਹੈ ਆਵੇ ਗਬਰੂਆ ਅਦਨਾਨ ਫਿਰ ਅਗਲੇ ਵਾਰ ਤੇ ਆਏਗਾ ਕਿ ਚਾਰ ਕਰਿੰਦੇ ਦੋ ਤੋਂ ਗਏ ਆ ਨਾਲੇ ਚੰਨ ਦੀ ਲੋ ਤੋਂ ਗਏ ਆ ਪਿੰਡ ਦਾ ਕੱਚਾ ਘਰ ਕੀ ਛੱਡਿਆ ਮਿੱਟੀ ਦੀ ਖੁਸ਼ਬੂ ਤੋਂ ਗਏ ਆ ਗੁੱਜਰ ਕਮਾਂਡਰ ਔਰ ਗੁੱਜਰ ਹੀ ਜਾਪੀ ਘੁੰਮਣ ਸਾਹਿਬ ਦਾ ਇਸ਼ਾਰਾ ਕਿ ਪੁਆਇੰਟ ਕਮਾਂਡਰ ਨੇ ਪੰਜਾਬ ਦੀ ਟੀਮ ਦੇ ਵਾਸਤੇ ਜੋੜ ਦਿੱਤਾ ਹੈ ਲਓ ਇਧਰਲੇ ਪਾਸੇ ਵੇਖਣਾ ਫਿਰ ਸਾਡੀ ਕਮੈਂਟਰੀ ਬਾਕਸ ਦੇ ਲਾਗੇ ਸਾਹਮਣੇ ਪੈਂਦੀ ਕਬੱਡੀ ਲੀਡਰ ਦਾ ਨਾਂ ਉਸਮਾਨ ਬੱਟ ਆ ਬਈ ਸੋਹਣਿਆ ਪਾਰੇਡ ਵੇਖਾਂਗੇ ਇਹ ਸੋਹਣੇ ਫੁੱਲ ਗੁਲਾਬ ਦੇ ਵੇਖੋ ਚੜੇ ਰੰਗ ਸ਼ਬਾਬ ਦੇ ਜੋ ਸ਼ੇਰ ਮਦਾਨੇ ਆਏ ਨੇ ਇਹ ਮੁੰਡੇ ਦੇਸ ਪੰਜਾਬ ਦੇ ਇਹ ਮੁੰਡੇ ਦੇਸ ਪੰਜਾਬ ਦੇ ਤਾਂ ਉਸਮਾਨ ਬੱਟ ਪੁਆਇੰਟ ਕਲੀਅਰ ਕੀਤਾ ਰੇਡ ਤੇ ਆਇਆ ਜੀ ਫਿਰ ਇੱਕ ਵਾਰੀ ਕਾਸ਼ੀ ਬੱਟੂ ਵੇਖ ਰਿਹਾ ਨੌਜਵਾਨ ਇੱਕ ਫਰੀਦ ਬੱਟੂ ਫੈਸਲ ਬੱਟੂ ਅਰਸਲਾਨ ਬੱਟੂ ਲਓ ਜੀ ਦੋਨਾਂ ਟੀਮਾਂ ਦੇ ਪੁਆਇੰਟ ਨੇ 11-11 ਅਗਰ ਚੱਸ ਆਏ ਤਾਂ ਤਾੜੀ ਮਾਰੋ ਉਧਰਲੇ ਪਾਸੇ ਵਾਹ ਸੋਹਣਿਆ ਡੱਕ ਪਾਉਣ ਦੀ ਕੋਸ਼ਿਸ਼ ਕੀਤੀ ਹਾਂਜੀ ਲੈ ਗਿਆ ਕਾਸ਼ੀ ਬੱਟੂ ਅਗਲੀ ਕਬੱਡੀ ਆਜ਼ਮ ਪ੍ਰਿੰਸ ਪੇੜ ਮੈਦਾਨ ਦੇ ਵਿੱਚ ਨੌਜਵਾਨ ਬਿਲਕੁਲ ਤਿਆਰ ਬੱਚਾ ਅਲੀ ਅਬਦੁੱਲਾ ਉਰਲੀ ਕਦੀ ਤੇ ਟੋਪੇ ਦੀ ਧਰਤੀ ਪੇੜ ਦੁਲਮ ਦੇ ਨਾਲ ਤੱਲਕ ਨੌਜਵਾਨ ਦਾ ਔਰ ਦੂਸਰੀ ਕਦੀ ਤੇ ਸੈਂਡੋ ਛੋਟੀ ਉਮਰ ਵਿੱਚ ਵੱਡੀਆਂ ਮਾਲਾ ਮਾਰਨ ਵਾਲਾ ਗੱਭਰੂ ਬਿਲਕੁਲ ਤਿਆਰ ਬੱਚਾ ਪੁੱਠੀ ਪਾਉਣ ਦੀ ਕੋਸ਼ਿਸ਼ ਲੇਕਿਨ ਨੰਬਰ ਆਜ਼ਮ ਪ੍ਰਿੰਸ ਆਪਣੀ ਹਿੱਕ ਨੰਬਰ ਜੋੜ ਗਿਆ ਚੱਲ ਬਈ ਗੁੱਜਰ ਅਗਲੀ ਕਬੱਡੀ ਦੇ ਨਵੀਂ ਜੱਟ ਸਾਹਿਬ ਨੇ ਬੜੀ ਮਿਹਨਤ ਕੀਤੀ ਹੈ ਇਸ ਨੌਜਵਾਨ ਦੇ ਉੱਤੇ ਕੁਛ ਦਿਨ ਪਹਿਲੇ ਇਰਾਨ ਦਾ ਟੋਰ ਲਾ ਕੇ ਆਇਆ ਨੌਜਵਾਨ ਲੋਹੜੀ ਰੇਟ ਉੱਪਰ ਗੁੱਜਰ ਜਾਂ ਅਖਾੜੇ ਜੂ ਪਾਕ ਪਵਿੱਤਰ ਹੋ ਗਏ ਜਿਵੇਂ ਪੈਰ ਮਸੀਤ ਚੋਂ ਧਰੀ ਦਾ ਏ ਉਹ ਮਖਾਲਤ ਦੇ ਗੱਲ ਨੂੰ ਸ਼ੇਰ ਵਾਂਗੂ ਡਰ ਜਿਵੇਂ ਰਹਿਮਾਨ ਤੋਂ ਡਰੀ ਦਾ ਏ ਤਨਵੀਰ ਬਾਲਾ
इमरान गिल साहब यह देखो चन्नी गोड़ की धरती है तनवीर वाला पाकिस्तान पंजाबी का थम जापी यार ताड़ी तड़ती है मार दिया एक बार जोरदार जी आ गबरुआ जिंदाबाद है अगली कबड्डी पाएगा नौजवान बिल्कुल तैयार बच्चा खूबसूरत अंदाज के नाल काला पिंडा नौजवान का के फटे ना करके बते मर जाते ने दस्तूर ए खास तकदीर दा ए इक्को जात ए मालिक खालक दी जो चाहे प्या लगी भाई जिन्हों लोग तुरपत आखते ने होवे नष्ट चच जगीर दा ए तेवे मौत तो फेरिए अक सानी शर्म बड़ा ही कफन की नींद आए लो जी उधर खोज फड़िए लेकिन नंबर कबड्डी है जी असी तेरह साल के साल वेखे असी वेख्या खून का रंग चिट्टा असी कपाहों के फुल लाल वेखे असी नचे हाँ जग दे सुख पारू सत बुले नो मेरी तमाल वेखे सत बुले नो मेरी तमाल वेखे कबड्डी दे अब्दुल हनान हनानी गुज्जर बिल्कुल तैयार पर तैयार है नौजवान है पेड़ मैदान के कोटी भर वास्ते और दूसरे बने तनवीर वाला नाल नासर टड्डा कहते गुट बड़ा मशहूर है लेकिन दो नंबर तो फैसल लगा है नकद वाले बावा औखियां हो गई रावा तो छड़ते हो जी रेफरी साहब इशारा वेख रहा होगा कि नंबर जापी दी नंबर पाकिस्तान पंजाब पुलिस की टीम का अज अफसरे वाला स्टेज पर बैठ के पंजाब पुलिस की कारकर्दगी वेख के खुश हो रहे हैं हल्के की चेहरे के ऊपर मुस्कुराहट ये दौलत भी ले लो ये शौक भी ले लो बेशक छीन लो इससे मेरी जवानी लुटा दो मेरे बचपन का सावन वो कागज की किश्ती वो बारिश का पानी चल भी मोहम्मद उस्मान पट्टे जी ओ पट्टा दूसरे बने कहते बड़ा ही ताड़ा जा भी अली अब्दुल्ला दो नंबर पे खड़ो है नौजवान आहा साडा सज्जन पंजाब वांग सोना वेखिए ते मन ठरदा जी रब दे नाम जप्फे मारे अबलीस भी तेनु सका लो जी इधरले पासे कहते आजम प्रिंस शहजादा कहती है मारे इसलिए कहते प्रिंस से गबरू रेड के उपर पुजिया कि धूड़ समय की गंदा कर गई निते हुए पानिया ਕੋਲਦੇ ਵਾਂਗ ਕਿਉਂ ਖਾ ਗਿਆ ਚਾਟੀ ਵਿੱਚ ਮਦਾਰੀਆਂ ਨੂੰ ਲਓ ਲੈ ਗਿਆ ਆਜ਼ਮ ਪ੍ਰਿੰਸ ਆ ਬਈ ਨੌਜਵਾਨਾਂ ਪਾਰੇਡ ਕਾਸ਼ਪ ਬੱਟੂ ਬਹੁਤ ਸੋਹਣੀਆਂ ਕਬੱਡੀਆਂ ਇਰਾਨ ਦੀ ਧਰਤੀ ਦੇ ਵੀ ਇਸ ਨੌਜਵਾਨ ਨੇ ਚੰਗੀਆਂ ਕਬੱਡੀਆਂ ਪਾਈਆਂ ਨੇ ਪਰ ਵੇਖ ਰਿਹਾ ਕਿ ਰਾਵਾਂ ਵਿੱਚੋਂ ਲਾਲ ਗਵਾਚੇ ਲੱਭਣਾ ਵਾ ਪਿਓ ਤਰ੍ਹਾਂ ਦੇ ਤਾਏ ਚਾਚੇ ਲੱਭਣਾ ਵਾ ਪਾਗਲ ਹਾਂ ਮੈਂ ਅੱਜ ਦੇ ਸ਼ਾਪਿੰਗ ਮਾਲਾਂ ਚੋਂ ਸਾਫੇ ਪੱਕਾ ਕੁਰਤੇ ਲਾਚੇ ਲੱਭਣਾ ਵਾ ਸਾਫੇ ਪੱਕਾ ਕੁਰਤੇ ਲਾਚੇ ਲੱਭਣਾ ਵਾ ਰੇਡਰ ਆਪਣੀ ਟੀਮ ਦੇ ਹਿੱਸੇ ਪੰਜਾਬ ਦੀ ਟੀਮ ਦੇ ਵਾਸਤੇ ਇੱਕ ਪੁਆਇੰਟ ਹੋਰ ਜੋੜ ਦਿੱਤਾ ਹੈ ਆ ਬਈ ਨੌਜਵਾਨਾਂ ਆ ਸੋਹਣਿਆ ਪਾ ਕਬੱਡੀ ਕੋਈ ਜਦੋਂ ਵੀ ਪੰਜਾਬੀ ਬੋਲੇ ਮੂੰਹ ਵਿੱਚੋਂ ਖੰਡ ਕਰਦੀ ਰੇਡਰ ਪੰਜਾਬੀ ਪੁੱਤਰ ਆਇਆ ਰੇਡਰ ਦਾ ਨਾਂ ਉਸਮਾਨ ਭੱਟ ਬੱਕਰੇ ਗੁਜਰਾਂ ਵਾਲਾ ਆਮਰ ਵਹੀਦ ਦੇ ਨਾਲ ਟੱਕਰੇ ਪਿਛਲੀ ਪਾਰੀ ਹਲਕੇ ਜਿਹੇ ਕਦਮਾਂ ਦੇ ਨਾਲ ਇੱਕ ਨੰਬਰ ਦਾ ਕੀਤਾ ਵਾਧਾ ਚੱਲ ਪਈ ਮੁਹੰਮਦ ਅਦਨਾਨ ਹਨਾਨੀ ਗੁੱਜਰ ਉਸਤਾਦ ਹੈ ਮੁੰਡੇ ਦਾ ਸ਼ਹਬਾਜ਼ ਅਲੀ ਬੰਦੇਸ਼ਾ ਕਬੱਡੀ ਦੇ ਬਾਰੇ ਦੇ ਉੱਪਰ ਅੱਗੇ ਸੈਫ ਜੱਟ ਵਰਗੀਆਂ ਕੰਧਾਂ ਇਹਨਾਂ ਦੋਹਾਂ ਵੀਰਾਂ ਨੇ ਕਲੀਮ ਉੱਲਾ ਨੇ ਤੇ ਸੈਫ ਜੱਟ ਨੇ ਪੰਜਾਬ ਦੇ ਸਿਵਲ ਟੂਰਨਾਮੈਂਟਾਂ 'ਚ ਹਨੇਰ ਮਚਾਇਆ ਹੋਇਆ ਡਬਰੂ ਨਿਕਲ ਕੇ ਲੱਗਾ ਮੁਹੰਮਦ ਫੈਸਲ ਇੱਥੇ ਹਨਾਨੀ ਗੁੱਜਰ ਤੇ ਮੁਹੰਮਦ ਫੈਸਲ ਭੇੜ ਤਕੜਾ ਹੈ ਜੋੜ ਚੰਗਾ ਹੈ ਇਹ ਆਉ ਜਾਂਦਾ ਜੀ ਨੰਬਰ ਸਦਕੇ ਚੱਲ ਪਈ ਸ਼ੇਰਾ ਪਾ ਕਬੱਡੀ ਛੋਟਾ ਸੁਪਰਾ ਗਿਆ ਹੈ ਅਮਰ ਵਹੀਦ ਜੱਟ ਨੇ ਟਰਾਈ ਕੀਤੀ ਹੈ ਲੇਕਿਨ ਨਿਕਲ ਗਿਆ ਸ਼ੋ ਮੰਤਰ ਕਰਕੇ ਸਦਕੇ ਅਗਲੀ ਕਬੱਡੀ ਪਾਉਣ ਵਾਸਤੇ ਮੁਹੰਮਦ ਫਰੀਦ ਪੱਟੂ ਚੱਲ ਪਏ ਪੱਟੂਆ ਪਾ ਹਾਂ ਕਬੱਡੀ ਸਦਕੇ ਜਮਾਂ ਬਸੀਰਪੁਰੀਆ ਸ਼ੇਰ ਕਬੱਡੀ ਦੇ ਉੱਪਰ ਗੁੰਦਵਾ ਜਿਹਾ ਜੁੱਸਾ ਮੁੰਡੇ ਦਾ ਅਟੈਕ ਦੇ ਉੱਪਰ ਹੈ ਹਮਲੇ ਵਾਸਤੇ ਤਿਆਰ ਪਰ ਤਿਆਰ ਹੈ ਉਹ ਵੇਖੋ ਕੀ ਕਰਦਾ ਪਿਆ ਤਨਵੀਰ ਵਾਲਾ ਕੌਣ ਲੱਗਾ ਹੈ ਨਾਲ ਬੰਦੇ ਇਹ ਨੰਬਰ ਗੁਲਾਮ ਫਰੀਦ ਬੱਟੂ ਦਾ ਨੰਬਰ ਗੁਲਾਮ ਫਰੀਦ ਦਾ
जी आजम प्रिंस की कबड्डी फिर वेखांगे कि हर एक मुंडे ते जवानी पूरी है कल्ले कल्ले एक एक चुंगी बुरी है। लो जी कबड्डर का नाम आजम प्रिंस आया भाई सामने, वाह क्या बात है, देख रहा के की बढ़ेगा डकदा या फिर निकलता मुंडा। आजम प्रिंस मारी शाल और लै गया पॉइंट अपनी टीम दे वास्ते। सो एक बारी फिर पंजाब पुलिस की टीम दे वास्ते एक नंबर होर जुड़े है रेंडर आया काशी बट्टू के खाने नहरा भगते रह रब्बा मेले लगते रह अपना करीबला अपनी टीम के नाल पूरा प्यार कर रहे हैं पर कहते बाहर खड़े होके गल करनी है। लो नासर गंगा आए हाय हाय क्या बात है, नासर गंगे के हाथों भी निकल गया जी लै गया नंबर एक पॉइंट होर। उस्मान बट की पैंती कबड्डी चल पाई मुहम्मद उस्मान बट इस तरह वेहने पे हैं कि जिन्हें शायकीन वेंदे पे ने इन यूट्यूब के उपर फेसबुक के उपर पूरी दुनिया जफर स्टेडियम के नाल जुड़ी हुई है। मैं वेहना पाया कि लाइव नज़ारा करते पे ने उधर आदर जकूब चीमा साहब के कमेंट्स आते हैं मुबारकबाद के कहते ताहर वहीद जट साहब न मुबारकबाद है, इमरान चौधरी साहब हाजी खुर्शीद आलम संधु साहब और जनाब ताहर गुलाया गामा साहब जिंदाबाद आदर जकूब चीमा जी वेख लियो आ की होंगे हनानी गुजर मुहम्मद फैसल की ट्राई है राह मल्या पर हंधे बहुत नज़दीक ने नंबर कबड्डर का नंबर कबड्डर का अगली कबड्डी पाउण वास्ते नौजवान के पुंगरे सोच दे टैण बहारा आईया ने फुल ख्याली कैण बहारा आईया ने हाथ जोड़ के कह दे आतफ सजना नू हुण ना रुस रुस बैण बहारा आईया ने अज बहार का समा बनिया। और देखो गभरू ने ट्राई की है मुबे नौजवान फहीम अली सदके जावा इधर सुपरा पर नहीं बाज मंत्रों मूल न कीलिए नी आशिक भौर फकीर ते ना काले बाज मंत्रों मूल न कीलिए नी। अगली कबड्डी पाउण वास्ते नौजवान तारा गुजर पग्गा नशोर पिंडा नौजवान का लुस लुस करती जवानी। और देखो दो नंबर का मुंडा लगा है ये बिल्कुल जोड़ा कैच करके नाल चिंबड़ गया बल्ले सदके जावा गुट फड़दा कैंची कदी मारदा है सदके जावा वेल डन जिंदाबाद नौजवान सैफुल्ला जट बल्ले बल्ले कराई गई गभरू दोवां वीरां ने जीओ सैफ दी करी तालियां मार दो इस टाइम पंजाब के यंग स्टार गभरू के वड्डा नाम मुंडे का सैफ जट कलीमुल्ला का वीर सदके जिंदाबाद जी। उधर पैन लगी कबड्डी मुहम्मद उस्मान भट्ट की, हाँ भाई उस्मान भट्ट अगले बारे ते आया है अज जफर अली स्टेडियम के 6 अक्टूबर 2019 संडे का दिन होने वाला कबड्डी का वड्डा टाकरा पर सब तुम वाकई तिना चौ बंदे आए हो तो उतो पुलिस इच्छो ये भाई तुहानू पता कि पुलिस वाला बंदा फिर तुहानू पता उतो तगड़ा हो लेकिन उन्होंने आके 4-5 बंदे रल के फड़ लीए थोड़े अफसरान ने बाला थानू वेख रहे ने लो उधरले पासे कबड्डी फिर जी काशी भट्टू आया भाई कि सिर नू रात दी राणी पैंदी नींदर नहीं मर जानी पैंदी जे कोई पुछे खैर ते है ना ओ मुंडो गल सुनानी पैंदी। लो फैसल गुजर आ भाई गुजर शहजादा पिंड मनाली वाला कहते खालद गुजर का शगिर्द है मुंडा उस्ताद झाकी बट दिया मेहनत लो उधरले पासे काशी भट्टू पर पाए टाइम हो गया उधर ज़िया रांझे ने भी बाहर खिलाड़ियों ने और पॉइंट जोड़ा है इसलिए रेडर अपना जापी ने अपनी टीम के हिस्से जोड़े है आजम प्रिंस आ भाई सोनिया देखांगे सामने कि किन्नू मेरी चिंता होनी किन्ने मेरे नाल खलोना जिन्ने चिर नू तू अपनेगा उन्ने चिर नू मैं नहीं होना। लो इधरले पासे वाह जी वाह क्या बात है नौजवान अली अब्दुल्ला ने बहुत ही बेहतरीन परफॉर्म करता पे नौजवान और ये लड़के दस चुके हैं कि ईरान की टीम होने वास्ते पंजाब वालों पंजाब नौजवान एक करी फिर खेड मैदान में मुहम्मद अहसन अगे सैफ जट दूजे बन्ने नासर गग्गा तनवीर वाला और बाह फड़ी नासर गग्गे ने कहिंदा मेले चलिया लिया दी मैनू गजरा बल्ले सदके जावा फिर एक आए बल्ले 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 इतने ताड़ियां बदलगियां जाफी दियां इतने कमाला होनगियां पर नंबर अहसन का अहसन चट्ठे का नंबर अगली कबड्डी पाउण वास्ते नौजवान मुहम्मद उस्मान बड़ा सोहणिया कबड्डी उधर वेदे पे रॉयल्स किंग्स कबड्डी क्लब वाले नहीं मैं प्यार शकूफ चीमा साहब इमरान चौधरी साहब हाजी खुर्शीद आलम संधु साहब जनाब ताहर गुराया जी कौडी वेख्यो वेख्यो चीमा साहब आओ की हो गया बल्ले बल्ले आओ मुंडा टच मारन की ट्राई की नौजवान अली अब्दुल्ला दुल्लो माला लगा है नाल पर नहीं आसमान कहना चेत के ही जाना मैं जफो च दे रही जज्बे होर होंगे ने
ਜਿਹੜੇ ਕੱਚਿਆਂ ਤੇ ਤਰ ਜਾਂਦੇ ਉਹ ਜਜ਼ਬੇ ਹੋਰ ਹੁੰਦੇ ਨੇ, ਖਰੇ ਜੋ ਸੋਚਦੇ ਰਹਿੰਦੇ ਉਹ ਦਿਲ ਕਮਜ਼ੋਰ ਹੁੰਦੇ ਨੇ। ਸੈਫ ਜੱਟ ਬੱਲੇ ਸਦਕੇ ਜਾਵਾਂ, ਦੂਜੇ ਬੰਨੇ ਨਾਸਰ ਕੱਕਾ, ਉਹ ਗੱਭਰੂ ਨੇ ਫੈਸਲ ਅਲੀ ਨੇ ਫੇਰ ਕੀਤੀ ਚੜਾਈ, ਫਿਰ ਧੱਕੇ ਵੱਜਦੇ ਪਏ ਨੇ ਸੱਜੇ ਖੱਬੇ। ਇਹ ਝੱਗੇ ਦਾ ਨਾਪ ਲੈਣ ਡਿਆ ਮੁੰਡਾ, ਪਰ ਨਹੀਂ ਬਣਿਆ ਕੰਮ ਨੰਬਰ ਕਬੱਡਰ ਦਾ। ਹਾਂਜੀ ਹਫਤ ਸੋਹਣੇ, ਬੜੇ ਸੋਹਣੇ ਜੱਫੇ ਲਾਏ ਨੇ, ਔਰ ਇਸ ਵੇਲੇ ਕਹਿੰਦੇ ਕਬੱਡੀ ਦੇ ਉੱਪਰ ਫਿਰ ਸਮਰਾਵਾਂ ਦਾ ਮੁੰਡਾ ਆਇਆ। ਵੇਖਾਂਗੇ ਸਾਹਮਣੇ ਕਿ ਨਜ਼ਰਾਂ ਰੱਖ ਕੇ ਪੱਗ ਦੇ ਉੱਤੇ ਮੈਂ ਨੱਚਿਆ ਵਾਂ, ਅੱਗ ਦੇ ਉੱਤੇ ਮੈਂ ਨੱਚਿਆ ਵਾਂ, ਅੱਗ ਦੇ ਉੱਤੇ। ਆ ਬਈ ਸੋਹਣਿਆ, ਪੰਜਾਬ ਦੀ ਟੀਮ ਦਾ ਖਿਡਾਰੀ ਆਏ ਹਾਏ ਲੈ ਗਿਆ ਜੀ। ਨਹੀਂ ਬਈ ਨਹੀਂ, ਕਹਿੰਦੇ ਇਹਦਾ ਨਹੀਂ ਕਰਨਾ ਮਾਹੌਲ ਨਹੀਂ। ਆਸਰ ਹਜ਼ਾਰ ਚੱਠਾ ਆਏਗਾ ਅਗਲੇ ਵਾਰੇ ਤੇ, ਹਰੀ ਸ਼ਹੀਦ ਰੰਧਾਵਾ ਸਾਹਿਬ ਤਵੱਜੋ ਕਰਨੀ ਹੈ। ਰੇਡਰ ਦਾ ਨਾਂ ਜਨਾਬ ਐਸ ਨੇ ਆਸਰ ਹਜ਼ਾਰ ਚੱਠਾ, ਕਿਆ ਬਾਤ ਹੈ। ਮੁੰਡਾ ਕਹਿੰਦੇ ਉਸ ਇਲਾਕੇ ਦਾ ਜਿੱਥੇ ਰਾਏ ਪਕੜ ਹਜ਼ਾਰ ਸਾਹਿਬ ਅੱਗੇ ਨੌਜਵਾਨ ਬੋਲ ਆਏ ਵੇਖਣਾ। ਸੈਫ ਜੱਟ ਉਧਰ ਵੀ ਜੱਟ, ਉਧਰ ਵੀ ਜੱਟ, ਰੈਫਰੀ ਵੀ ਜੱਟ, ਪਰ ਵੇਖ ਰਿਹਾ ਸੈਫ ਜੱਟ, ਲੇਕਿਨ ਪੁਆਇੰਟ ਆਸਰ ਹਜ਼ਾਰ ਚੱਠਾ ਲੈ ਗਿਆ ਨੰਬਰ। ਆ ਬਈ ਆਜ਼ਮ ਪ੍ਰਿੰਸ, ਵੇਖਾਂਗੇ ਕਿਹਦੇ ਨਾਲ ਕਬੱਡੀ ਪਾਉਂਦਾ, ਚਾਰਾਂ ਜਾਪੀਆਂ ਦੇ ਉੱਤੇ ਧਾਵਾ ਬੋਲੇਗਾ। ਇਹ ਪੰਜਾਬ ਦੀ ਟੀਮ ਦੇ ਖਿਡਾਰੀ ਨੇ ਚਾਰੇ, ਜਿਨ੍ਹਾਂ ਦੇ ਵਿੱਚ ਸਾਡੇ ਆਮਰ ਬਾਈ ਜੱਟ ਜੀ ਔਰ ਉਹਨਾਂ ਦੇ ਨਾਲ ਸਾਡੇ ਸਾਰੇ ਵੀਰ ਸੰਗਤ ਕਰ ਰਹੇ ਨੇ। ਇੰਤਹਾਈ ਸ਼ੁਕਰੀਆ ਅਦਾ ਕਰਨੇ ਆਏ ਸੱਜਣਾ ਬੇਲੀਆਂ ਦਾ। ਲਓ ਆਮਰ ਦੇ ਨਾਲ ਟੱਕਰ ਹੋਈ ਹੈ ਆਜ਼ਮ ਪ੍ਰਿੰਸ। ਚੱਲ ਬਈ ਸੋਹਣਿਆ, ਕਿ ਮੈਂ ਨੀ ਬਸ ਤੇਰੇ ਤੱਕ ਸੀ ਲੱਸਤ ਗੁੜ ਤੇ ਕੂੜੇ ਵਾਲੀ, ਦੁੱਖਾਂ ਨੇ ਝੂਟੇ ਦਿੱਤੇ, ਭੁੱਲ ਗਈ ਸ਼ਕਲ ਘੁੰਗੂੜੇ ਵਾਲੀ, ਭੁੱਲ ਗਈ ਸ਼ਕਲ ਘੁੰਗੂੜੇ ਵਾਲੀ। ਫਰੀਦ ਬੱਟੂ ਖੁੱਲੀ ਕਬੱਡੀ ਦਾ ਬੇਤਾਜ ਬਾਦਸ਼ਾਹ, ਲੇਕਿਨ ਕਹਿੰਦੇ ਸਰਕਲ ਦਾ ਵੀ ਘੱਟ ਨਹੀਂ। ਲਓ ਉਧਰਲੇ ਪਾਸੇ ਤਰਵੀਰ ਬਾਲਾ ਤਾਹਰ ਗਰਾਰੀ, ਆਪਣਾ ਪੇਂਡੂ ਮੁੰਡਾ ਜਿਹਨੇ ਜੱਪਾ ਕਰਨ ਦੀ ਕੋਸ਼ਿਸ਼ ਕੀਤੀ। ਬਹਾਵਲਪੁਰ ਇਲਾਕਾ, ਪੰਜਾਬ ਪੁਲਿਸ ਦੇ ਸਾਰੇ ਜਵਾਨ ਸਾਡੇ ਵੀਰ ਦੁਆਵਾਂ ਮੰਗ ਰਹੇ ਨੇ ਬਈ ਮਾਲਕਾ ਪੁਲਿਸ ਦੀ ਲੱਜ ਰੱਖੀ, ਕਿਆ ਬਾਤ ਹੈ, ਵਾਹ ਕਿਆ ਗੋਡੀ ਯਾਰ। ਉਹ ਲੈ ਗਏ ਬਈ ਫਰੀਦ ਬੱਟੂ, ਕਹਿੰਦੇ ਆਖਰੀ ਲਵੇ ਹਾਤੇ, ਫਿਰ ਪੁਆਇੰਟ ਕਲੀਅਰ ਕਰ ਗਿਆ। ਬੜੀ ਕੋਸ਼ਿਸ਼ ਕੀਤੀ ਕਾਸ਼ਮ ਕੰਬੋ ਨੇ, ਕਬੱਡੀ ਪਾਏਗਾ ਫਿਰ ਨੌਜਵਾਨ ਉਸਮਾਨ ਭੱਟ ਸਦਕੇ। ਉਸਮਾਨ ਭੱਟ ਦੀ ਕਬੱਡੀ, ਆ ਬਈ ਸੋਹਣਿਆ, ਕੋਈ ਲਾ ਕੇ ਹੱਥ ਖਿਡਾਉਂਦਾ ਏ, ਕੋਈ ਦੇ ਝਾਕਾ ਨੱਸ ਜਾਂਦਾ ਏ, ਕੋਈ ਮਾਰ ਕੇ ਜੱਫਾ ਧਰ ਲੈਂਦਾ, ਕੋਈ ਗੁੱਟ ਤੋਂ ਕਾਬੂ ਕਰ ਲੈਂਦਾ, ਸੀ ਵਰਗਾ ਪਿੰਡਾ ਛੱਡਦਾ ਕੋਈ, ਤਿੱਖ ਦੇ ਨਾਲ ਤਾਈਆਂ ਲੰਘਦਾ ਕੋਈ। ਜਦ ਵੇਖੋ ਵੇਖੀ ਆਇਆ ਏ, ਮੇਲਾ ਖੇਡ ਕਬੱਡੀ ਲਾਇਆ ਏ, ਮੇਲਾ ਖੇਡ ਕਬੱਡੀ ਲਾਇਆ ਏ, ਆਇਆ ਤੁਹਾਨੂੰ ਗੁੱਜਰ। ਆ ਬਈ ਸੋਹਣਿਆ, ਤੇਰੇ ਮੀਰ ਗੁੱਜਰ ਦਾ ਪੁੱਤਰ, ਹਾਂ ਜੀ। ਲਓ ਸਾਹਮਣੇ ਕਹਿੰਦੇ ਜੱਫਾ ਕਰਨ ਦੀ ਕੋਸ਼ਿਸ਼, ਇਹ ਨਾਸਰ ਗੱਗਾ ਜਿਹਨੇ ਪਿਛਲੇ ਸਾਲਾਂ ਦੇ ਵਿੱਚ ਗੁੱਟ ਫੜ ਕੇ ਧੂਮਾਂ ਪਾਤੀਆਂ। ਸ਼ਬਾਸ਼ ਜੱਟ ਜੀ ਸਾਡੇ ਵੀਰ ਬਿਲਕੁਲ ਸਕੋਰ ਬੋਰਡ ਦੇ ਲਾਗੇ, ਜੋ ਲਾਹੌਰ ਦੇ ਸਦਰ ਨੇ ਕਬੱਡੀ ਦੇ, ਸ਼ੁਕਰੀਆ ਮਿਹਰਬਾਨੀ। ਚੱਲ ਬਈ ਸਦਕੇ, ਹਾਂਜੀ ਇੱਧਰ ਕਬੱਡੀ ਪਾਉਣ ਵਾਸਤੇ ਇੱਕ ਵਾਰੀ ਫਿਰ ਛੋਟਾ ਸੁਪਰਾ, ਚੱਲ ਪਈ ਸੁਪਰਾਵਾ ਪਾ ਕਬੱਡੀ ਬੱਲੇ ਸਦਕੇ ਜਾਵਾ। ਉਹ ਵੇਖੋ ਮੁੰਡਾ ਲੱਗਾ ਨਾਲ ਇੱਕ ਵਾਰੀ ਫਿਰ, ਅਲੀ ਅਬਦੁੱਲਾ ਮਾਰਦਾ ਪਿਆ ਧੱਕੇ, ਉਹ ਕੈਚ ਕੀਤਾ ਸੱਪ ਦੀ ਬਾਜੀ, ਬੱਲੇ ਤਾੜੀਆਂ ਮਾਰ ਦੋ ਜਾਫੀ ਦੀਆਂ। ਹਾਏ ਕਹਿੰਦਾ ਐਵੇਂ ਨਹੀਂ ਮਕਾਨਾਂ ਦੀ ਮੈਂ ਖਾਕ ਪਿਆ ਛਾਣਦਾ, ਭਈਆ ਧੱਕਣੇ ਦਾ ਵੱਲ ਤੇ ਮੈਂ ਚੰਗੀ ਤਰ੍ਹਾਂ ਜਾਣਦਾ, ਹਾਂਜੀ ਬਾਹ ਫੜ ਕੇ ਮੈਂ ਫਿਰ ਨਹੀਂ ਜੇ ਛੱਡਦਾ, ਭਾਵੇਂ ਕੋਈ ਸੱਦੇ ਪੁਲਸਾ, ਬਾਹ ਫੜ ਕੇ ਮੈਂ ਫਿਰ ਨਹੀਂ ਜੇ ਛੱਡਦਾ, ਭਾਵੇਂ ਕੋਈ ਸੱਦੇ ਪੁਲਸਾ। ਚੱਲ ਭਾਈ ਕਾਸ਼ਫ ਪੱਟੂ ਅਗਲੀ ਕਬੱਡੀ ਪਾਉਣ ਵਾਸਤੇ, ਮੁਹੰਮਦ ਕਾਸ਼ਫ ਕਾਸ਼ੀ ਬੱਟੂ, ਦੱਸ ਐਸ ਹਿਜਰ ਦੀ ਹੱਦ ਮੈਨੂੰ, ਤੂੰ ਫੇਰ ਮਿਲੇਗਾ ਕਦ ਮੈਨੂੰ, ਆ ਕੋਲ ਮੇਰੇ ਜਾ ਸਦ ਮੈਨੂੰ। ਉਹ ਵੇਖੋ ਜੀ ਮੁੰਡਾ ਇੱਕ ਵਾਰੀ ਫਿਰ ਸੈਫ ਜੱਟ ਪਾ ਗਿਆ ਜੱਫੀ ਕੱਪੜੂ, ਗੁੱਟ ਫੜਦਾ ਕੈਂਚੀ ਕਦੀ ਮਾਰਦਾ ਏ, ਕਦੀ ਜਾਂਦਾ ਏ ਸਾਰੀ ਪਰੇਸ਼ਾਨ ਜਾਫੀ, ਸੈਫ ਨਾ ਹੈ ਦਲੇਰ ਇਸ ਕੱਪੜੂ ਦਾ, ਭਾਵੇਂ ਫਸਲ ਕੇ ਜਾਵਾਂ ਪੰਜਾਬ ਪੁਲਿਸ ਦਾ ਹੈ ਤੂਫਾਨ ਜਾਫੀ, ਤੂਫਾਨ ਜਾਫੀ ਨੰਬਰ ਸੈਫ ਜੱਟ ਦਾ। ਅਗਰ ਸੈਫ ਜੱਟ ਦੇ ਜੱਫੇ ਚੰਗੇ ਲੱਗੇ ਫਿਰ ਤਾਲੀਆਂ ਵੱਜਦੀਆਂ ਜਿੱਥੇ ਕਰੀ, ਇੱਕ ਵੀ ਤਾਲੀਆਂ ਮਾਰ ਦੋ ਦੋਹਾਂ ਵੀਰ ਕਰੀਮ ਉਲਾਲ ਸੈਫ ਜੱਟ, ਬਹੁਤ ਵਧੀਆ ਪਰਫਾਰਮ। ਦੋਵੇਂ ਟੀਮਾਂ ਫੈਸਲਾਬਾਦ ਔਰ ਸਾਹੀਵਾਲ ਦੋਵੇਂ ਟੀਮਾਂ ਰੈਡੀ ਹੋ ਕੇ ਗਰਾਊਂਡ ਦਾ ਰੁੱਖ ਕਰੋ, ਬੜੀ ਮਿਹਰਬਾਨੀ ਲਓ ਜੀ। ਜੀ ਕਬੱਡੀ ਦੇ ਨੌਜਵਾਨ ਆਜ਼ਮ ਪ੍ਰਿੰਸ, ਹਾਂ
ਜੀ ਅਗਲੀਆਂ ਟੀਮਾਂ ਸਾਹਿਵਾਲ ਟਾਈਗਰ ਔਰ ਫੈਸਲਾਬਾਦ ਸ਼ੇਰ ਦੇ ਦੋਵੇਂ ਟੀਮਾਂ ਜਲਦੀ ਰੈਡੀ ਹੋ ਕੇ ਗਰਾਊਂਡ ਵਿੱਚ ਤਸ਼ਰੀਫ ਲੈ ਆਓ ਜੀ ਲਓ ਜੀ ਕਬੱਡੀ ਅਬਦੁਲ ਹਨਾਨ ਹਨਾਨੀ ਗੁੱਜਰ ਤੇ ਕੌਮਾਂ ਜੱਗ ਤੇ ਬੜੀਆਂ ਨੇ ਕੌਮ ਜੱਗ ਤੇ ਹੈ ਹੁਸ਼ਿਆਰ ਗੁੱਜਰ ਕੰਮ ਜੱਗ ਤੇ ਕਰਨ ਮਵੇਸ਼ੀਆਂ ਦਾ ਮੱਝਾਂ ਗਾਵਾਂ ਲੈਂਦੇ ਨੇ ਪਾਲ ਗੁੱਜਰ ਤਿੰਨ ਚਾਰ ਮੱਝਾਂ ਰੱਖਦੇ ਲਾਜ਼ਮੀ ਨੇ ਭਾਵੇਂ ਲੱਗਾ ਹੋਵੇ ਥਾਣੇ ਨਾਲ ਗੁੱਜਰ ਜੀ ਉਹ ਗੁਜਰਾ ਚੱਲ ਬਈ ਮੁਹੰਮਦ ਉਸਮਾਨ ਬੱਟ ਅਗਲੀ ਕਬੱਡੀ ਮਾਰੇ ਨੌਜਵਾਨ ਪਿੰਡ ਮੈਦਾਨ ਦੇ ਵਿੱਚ ਕਿ ਵੱਡੇ ਨਾ ਕਰਕੇ ਬੰਦੇ ਮਰ ਜਾਂਦੇ ਨੇ ਦਸਤੂਰ ਏ ਖਾਸ ਤਕਦੀਰ ਦਾ ਏ ਇੱਕੋ ਸਾਥ ਦੇ ਮਾਲਕ ਖਾਲਕ ਦੀ ਜੋ ਚਾਹੇ ਪਿਆ ਲਕੀਰ ਦਾ ਏ ਜੋ ਚਾਹੇ ਪਿਆ ਲਕੀਰ ਦਾ ਏ ਚੱਲ ਬਈ ਖਾਲਦ ਪੁੱਟਾ ਇਹ ਸਹੀ ਰਭਾਵਾ ਸਾਹਿਬ ਇਹੋ ਜਿਹੇ ਪੁੱਟਾ ਜਿਹੜੀ ਤੁਸੀਂ ਕੱਲ੍ਹ ਗੱਲ ਕਰ ਰਹੇ ਸੀ ਇਹ ਦੇਖ ਬਿਲਕੁਲ ਤਿਆਰ ਬਲ ਤਿਆਰ ਨੌਜਵਾਨ ਔਰ ਦੂਸਰੇ ਬੰਨੇ ਜਾਫੀ ਵੀ ਤਗੜਾ ਲੱਗਾ ਲੇਕਿਨ ਪੁਆਇੰਟ ਪੁੱਟੇ ਦਾ ਜੀ ਅੱਜ ਤਾਂ ਖੂਬਸੂਰਤ ਚੱਲਦਾ ਹੋਇਆ ਮੁਕਾਬਲਾ ਬਹੁਤ ਆ ਜਾਏ ਰਾਣੀ ਮਗਰ ਕਿਸੇ ਤੇ ਦਿਲ ਲਾਏ ਨਾਨ ਸਟਾਪ ਕਬੱਡੀਆਂ ਆਜ਼ਮ ਪ੍ਰਿੰਸ ਅਗਲੀ ਰੇਡ ਦੇ ਫਿਰ ਬਿਲਕੁਲ ਤਿਆਰ ਬਲ ਤਿਆਰ ਕਿ ਕੋਟੀ ਖੇਡ ਦਾ ਵਿੱਚ ਮੈਦਾਨ ਦੇ ਉਹ ਬੰਦਾ ਜਿਹਨੂੰ ਉਸਤਾਦ ਅੱਗੇ ਝੁਕਣ ਦਾ ਵੱਧ ਹੁੰਦਾ ਜੱਫਾ ਲਾਉਂਦਾ ਉਹ ਪਲੇਅਰ ਜਿਹਨੂੰ ਵੀਣੀ ਫੜ ਕੇ ਟੱਕਰ ਦਾ ਵੱਧ ਹੁੰਦਾ ਵਿੱਚ ਮੈਦਾਨ ਦੇ ਬੱਚੇ ਉਹ ਬੰਦਾ ਜਿਹਨੂੰ ਸ਼ੇਰ ਦੀ ਗੱਜ ਦਾ ਵੱਧ ਹੁੰਦਾ ਜਿਹਨੂੰ ਸ਼ੇਰ ਦੀ ਗੱਜ ਦਾ ਵੱਧ ਹੁੰਦਾ ਲਓ ਜੀ ਤਾਂ ਧਰੀਏ ਧੋਣ ਦੇ ਉੱਤੇ ਲੇਕਿਨ ਆਗਾ ਪ੍ਰਿੰਸ ਵੀ ਬੜੀਆਂ ਸੋਹਣੀਆਂ ਕਬੱਡੀਆਂ ਅੱਜ ਦੇ ਆਈ ਨੇ ਕਲੀਅਰ ਕੀਤੀਆਂ ਸੋਜਾਂ ਨੇ ਚੱਲ ਬਈ ਅਗਲੀ ਕੋਟੀ ਆਏਗਾ ਕਾਸ਼ੀ ਫੱਟੂ ਬਿਲਕੁਲ ਤਿਆਰ ਬਰ ਤਿਆਰ ਔਰ ਦੂਸਰੇ ਬੰਨੇ ਨਾਸਰ ਗੱਗਾ ਨਾਲ ਤਨਵੀਰ ਵਾਲਾ ਖਲੋਤਾ ਜਿਹਨੂੰ ਵੀ ਪੰਜਾਬ ਦੀ ਧਰਤੀ ਚੰਡੀਗੜ੍ਹ ਦਾ ਤੱਲਕ ਕਹਿੰਦੇ ਕ੍ਰਿਕਟ ਦਾ ਫਾਸਟ ਬਾਲਰ ਹੈ ਔਰ ਨਾਲ ਉਹਦੇ ਸ਼ਾਹ ਪਾਕਿਸਤਾਨ ਪੰਜਾਬ ਲਈ ਦੀ ਧਰਤੀ ਡਿਸਟ੍ਰਿਕਟ ਸਾਹਿਵਾਲ ਜੀ ਅੰਪਾਇਰ ਦਾ ਫੈਸਲਾ ਤਾਰਕ ਸ਼ਕਤੀ ਸਾਹਿਬ ਗਾਂਧੀ ਸਾਹਿਬ ਇਸ਼ਾਰਾ ਕਿ ਪੁਆਇੰਟ ਇਹ ਰੇਡਾ ਦਾ ਜੀ ਪੁਆਇੰਟ ਕਾਸ਼ੀ ਫੱਟੂ ਦਾ ਚੱਲ ਵੀ ਮੁਹੰਮਦ ਉਸਮਾਨ ਫੱਟ ਚਾਚਾ ਰੇਡਾ ਪਾਦਾ ਮਾਰ ਮਾਰ ਹੱਲੇ ਪਿੰਡ ਵਿੱਚ ਗੱਡੀ ਹੋਈ ਹੈ ਬੱਲੇ ਬੱਲੇ ਪੁੱਤਰ ਪੰਜਾਬ ਦੇ ਨਾਂ ਦਾ ਹੈ ਲਾੜਾ ਜੰਮਿਆ ਹੈ ਕਿਹੜਾ ਜਿਹੜਾ ਭਾਰ ਇਹਦਾ ਚੱਲੇ ਜੰਮਿਆ ਹੈ ਕਿਹੜਾ ਜਿਹੜਾ ਭਾਰ ਇਹਦਾ ਚੱਲੇ ਦੁਨੀਆ ਵਾਲੀ ਦੀ ਧਰਤੀ ਅੱਜ ਤਾਂ ਇਹ ਮੈਚ ਲਾਈਵ ਦਿਖਾਇਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਇੰਗਲੈਂਡ ਸੁਡਾਨ ਯੂਕੇ ਜਰਮਨੀ ਇਟਲੀ ਬੈਲਜੀਅਮ ਪਤਲਚੀ ਕਾਲਾਸ਼ਾ ਥਾਪੂ ਕਬੱਡੀ ਸ਼ਾਹ ਪੰਜਾਬੀਆਂ ਵਾਲੇ ਜਿਹੜੇ ਲਾਈਵ ਨਜ਼ਾਰਾ ਦੇ ਰਹੇ ਪੂਰੀ ਦੁਨੀਆ ਦੇ ਵਿੱਚ ਇੰਤਹਾਈ ਸ਼ੁਕਰੀਆ ਰਾਜਾ ਬਿਸ਼ਾਰਤ ਸਾਹਿਬ ਔਰ ਪੂਰੀ ਟੀਮ ਦਾ ਕਬੱਡੀ ਪਾਏਗਾ ਹਨਾਨ ਗੁੱਜਰ ਚਾਲੇ ਗੁਜਰਾ ਪਾ ਕਬੱਡੀ ਤੇ ਸਿਰ ਤੋਂ ਲੈ ਕੇ ਬੇਲੀਆ ਪੈਰਾਂ ਤਿਕਰ ਸ਼ਿਕਾਰ ਪਰੇ ਸਮਾਤੇ ਰਹਿਣ ਲੈ ਕੇ ਸਦਾ ਕਮਾਲ ਵਾਂਗੂ ਜਿਵੇਂ ਟੈਂਡ ਫੁੱਲ ਗੁਲਾਬੇ ਨੇ ਜਿਵੇਂ ਟੈਂਡ ਫੁੱਲ ਗੁਲਾਬੇ ਨੇ ਨਾਸਰ ਗੱਡਾ ਨਹੀਂ ਸੋਇਆ ਲੱਕ ਟੁੱਟ ਸਕਦੀ ਛੁੱਟ ਨਹੀਂ ਸਕਦੀ ਤਾੜੀ ਮਾਰੋ ਯਾਰ ਨਾਸਰ ਗੱਡੇ ਵਾਸਤੇ ਬੜਾ ਕਿਹੜਾ ਜਾਫੀਏ ਤੇ ਟੋਪ ਦੇ ਹੱਥ ਜਾਫੀ ਚੱਲੇ ਨਾਮ ਗੱਗੇ ਦਾ ਵੱਡੇ ਵੱਡੇ ਰੇਡਰਾਂ ਨੂੰ ਫੇਰ ਦੇ ਲਾਤੇ ਰੱਖਦਾ ਕੋਰੋਨਾਫਰ ਸਪਰਾ ਵੀ ਐੜਾ ਬੋਲਦਾ ਔਰ ਉਹਦਾ ਵੀ ਬੈਕ ਬੋਲਦਾ ਚਾਲੇ ਜਵਾਨਾ ਦੂਸਰੇ ਬੰਨੇ ਚਾਰ ਜਾਫੀ ਨੇ ਔਰ ਚਾਰੋ ਚਾਰੋ ਤਿਆਰ ਖੜੋਤੇ ਨੇ ਕਿ ਗਿਦੜੀ ਦਿੰਦੀ ਹੈ ਜਨਮ ਗਿਦੜਾ ਨੂੰ ਹਰ ਸ਼ੇਰ ਦੀ ਹਿੱਸਾ ਕਰੀ ਸ਼ੇਰ ਪਹਿਲਾ ਜੇਕਰ ਜ਼ਮੀਨ ਦੇ ਵਿੱਚ ਗਿਲ ਹੋਵੇ ਫਸਲ ਹੁੰਦੀ ਜ਼ਮੀਨ ਚ ਫਿਰ ਕਾਟਾ ਚੰਦ ਚੌਧਰੀ ਦਾ ਰਾਤ ਨੂੰ ਦਿਨ ਚੜੇ ਸਦਾ ਸਮੱਸਿਆ ਕਰਦੀ ਮੇਰ ਪੈਦਾ ਸਦਾ ਸਮੱਸਿਆ ਕਰਦੀ ਮੇਰ ਪੈਦਾ ਲੋ ਜੀ ਜਾਫੀ ਬੜਾ ਤਾੜਾ ਲੱਗਾ ਇਹ ਚੰਗੇ ਸਬਰ ਬਾਤ ਕੇ ਤੇ ਗਰੇ ਹੁੰਦੀ ਆ ਨਹੀਂ ਕੋਈ ਬੰਦਾ ਤਾਂ ਨਹੀਂ ਆ ਤੂੰ ਲੈਣੇ ਕਰਦਾ ਯਾਰ ਕਮਾ ਕੇ ਜਿਹੜੀ ਸੰਗਤ ਆਈ ਜੀ ਅਗਲੀ ਕਬੱਡੀ ਪਾਉਣ ਵਾਸਤੇ ਅੰਤਰਲੇ ਬੰਨੇ ਫੱਟੂ ਦੀ ਪੈਣੀ ਕਬੱਡੀ ਚੱਲ ਪੀ ਕਾਸ਼ੂ ਕਾਸ਼ੀ ਵੱਟੂ ਦੀ ਪੈਣੀ ਕਬੱਡੀ ਉਧਰ ਚਾਰ ਜਾਫੀ ਲੱਗੇ ਨੇ ਪੱਲੇ ਇੱਥੇ ਲੱਗੇਗਾ ਬੰਦਾ ਚਾਰ ਜਾਫੀ ਲੱਗੇ ਨੇ ਚਾਰ ਸ਼ੇਰ ਲੱਗੇ ਨੇ ਇਧਰ ਕਾਸ਼ੀ ਵੱਟੂ ਕਬੱਡੀ 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 ਕਰਦਾ ਪੱਲੇ ਉਧਰ ਦੋ ਨੰਬਰ ਵਾਲੇ ਜਾਫੀ ਨਾਲ ਹੋ ਗਈ ਟੱਕਰ ਪੱਲੇ ਇੱਥੇ ਤਾੜੀਆਂ ਵੱਜਣਗੀਆਂ ਤੀਆਂ ਸੰਗੀਤਾਂ ਦਾ ਬੇੜਾ ਦੱਸੇਗਾ ਰੈਫਰੀ ਸਾਫੀ ਦਿਸਣ ਦੱਸੇਗੀ ਨੰਬਰ ਕਾਸ਼ੀ ਵੱਟੂ ਦਾ ਨੰਬਰ ਕਬੱਡਰ ਦਾ ਨੰਬਰ ਹੋ ਗਿਆ ਪੰਜਾਬ ਦੀ ਟੀਮ ਦਾ ਅਗਲੀ ਕਬੱਡੀ ਪਾਉਣ ਵਾਸਤੇ ਇਧਰਲੇ ਬੰਨੇ ਪਾਏਗਾ ਕਬੱਡੀ ਚਲਤੀ ਮੁਹੰਮਦ ਉਸਮਾਨ ਫੱਟ ਪਾ ਸੋਹਣਿਆ ਕਬੱਡੀ ਕਹਿੰਦਾ ਸੱਜਣਾ ਜੇ ਤੂੰ ਹਾਸੇ ਦਿੱਤੇ ਦੁੱਖ ਵੀ ਅੱਛੇ ਖਾਸੇ ਦਿੱਤੇ ਲੋਕਾਂ ਨੇ ਤੇ ਗੱਲ ਨਹੀਂ ਕੀਤੀ ਤੂੰ ਤੇ ਖੋਲ ਖਲਾਸੇ ਦਿੱਤੇ ਤੂੰ ਤੇ ਖੋਲ ਖਲਾਸੇ ਦਿੱਤੇ ਨੰਬਰ ਮੁਹੰਮਦ ਉਸਮਾਨ ਫੱਟ ਦਾ ਅਗਲੀ ਕਬੱਡੀ ਪਾਉਣ ਵਾਸਤੇ ਇੱਧਰ ਬਣੇ ਅਕਮਲ ਦੀ ਪੈ ਗਈ ਕਬੱਡੀ ਕੁਚਰਾਲੇ ਦਾ ਸ਼ੇਰ ਕਬੱਡੀ ਕਬੱਡੀ ਕਰਦਾ ਹੈ
ਉਧਰ ਚਾਰ ਚੀਂਦੇ ਲੱਗੇ ਨੇ ਜਾਫੀ, ਇੱਧਰ ਕੰਨੀ ਵਾਲੇ ਮੁੰਡੇ ਨਾਲ ਹੋਗੀ ਟੱਕਰ ਪੱਲੇ, ਇੱਥੇ ਦੇਖਾਂਗੇ ਕੀ ਬਣੇਗਾ ਪੱਲੇ, ਤੀਆਂ ਸਕਿੰਟਾਂ ਦਾ ਫੇਰਾ, ਆਉਂ ਦੇਖਾਂਗੇ ਕੀ ਬਣੇਗਾ, ਇੱਧਰ ਨਾਸਰ ਲੱਗਾ ਉਧਰ ਅਕਬਰ ਹੈ ਆਉਂ ਜੀ ਪੁਆਇੰਟ ਹੈ ਰਾਣਾ ਅਕਬਰ ਜਿਹੜਾ ਕੁਛ ਦੇਰ ਪਹਿਲੇ ਗ੍ਰਾਉਂਡ ਦੇ ਵਿੱਚ ਵੀ ਖੇਡ ਕੇ ਆਇਆ ਔਰ ਉਹਦੇ ਟੂਮਰ ਦੇ ਆਉਣ ਦੇ ਵਿੱਚ ਇੱਕ ਨੂੰ ਪਿੰਡ ਵਾਲਿਆਂ ਨੂੰ ਟੂਮਰ ਦਾ ਟਿਕਟ ਵੀ ਦਿੱਤਾ ਹੈ। ਬਸ ਪਾਕਿਸਤਾਨ ਹਮੇਸ਼ਾ ਸਲਾਮਤ ਰੱਖੇ। ਅਗਲੀ ਕਬੱਡੀ ਮਾਇਆ ਨੌਜਵਾਨ ਆਜ਼ਮ ਪ੍ਰਿੰਸ ਚਾਹ ਨੌਜਵਾਨਾਂ ਬਿਲਕੁਲ ਤਿਆਰ ਬਰ ਤਿਆਰ ਕੇ ਦੁੱਧ ਘਿਓ ਤੇ ਬਦਾਮ ਸਰਦਾਈ ਵਾਲੇ ਨਾ ਸ਼ੋਕ ਤੇ ਨਾ ਜਵਾਨ ਰਹਿ ਗਏ। ਸੀ ਐਮ ਜੀ ਦੇ ਚੱਕਾ ਨੇ ਪੰਪ ਲਾ ਲਏ, ਨੋਟ ਗਿਣਨ ਦੇ ਵੱਲ ਧਿਆਨ ਰਹਿ ਗਏ। ਕਹਿੰਦੇ ਚਾਂਦੀਆਂ ਅਖਾੜੇ ਭੁਲਾ ਛੱਡੇ ਫਿਰ ਅਖਾੜੇ ਮੈਦਾਨ ਸੰਸਾਰ ਲੈ ਗਏ, ਭੁੱਲੀ ਕੌਮ ਪੰਜਾਬ ਦੇ ਵਿਰਸੇ ਨੂੰ ਵਿੱਚ ਤਰੀਕ ਤੇ ਨਿਸ਼ਾਨ ਲੈ ਗਏ, ਵਿੱਚ ਤਰੀਕ ਤੇ ਨਿਸ਼ਾਨ ਲੈ ਗਏ ਜੀ। ਪੁਆਇੰਟ ਜਾਫੀ ਦਾ ਜੀ ਮੁਹੰਮਦ ਫਹੀਮ ਆਪਣੀ ਇਸ ਟੀਮ ਦੇ ਵਾਸਤੇ ਇੱਕ ਹੋਰ ਪੁਆਇੰਟ। ਅਗਲੀ ਕਬੱਡੀ ਕਾਸ਼ੀ ਬੱਟੂ, ਚੱਲ ਬਈ ਬੱਟੂ ਅੱਜ ਬੜੇ ਨੇ ਬੱਟੂ ਇਸ ਕਬੱਡੀ ਮੈਚ ਨੂੰ ਵੇਖਣ ਵਾਸਤੇ ਆਏ ਨੇ। ਚੱਲ ਬਈ ਦੂਸਰੇ ਬੰਦੇ ਕਹਿੰਦੇ ਜੀ ਦੋ ਨੰਬਰ ਦੇ ਤਰਵੀਰ ਵਾਲਾ ਬੜਾ ਤਗੜਾ ਜਾਫੀ ਹੈ, ਕਿਸੇ ਟੈਵੀ ਮੈਚ ਦਾ ਪਾਸਾ ਪੱਟ ਸਕਦਾ ਹੈ, ਲੇਕਿਨ ਦੋ ਨੰਬਰ ਤੋਂ ਗਬਰੂ ਲੱਗਾ। ਔਰ ਦੂਸਰੇ ਬੰਦੇ ਕਾਸ਼ੀ ਬੱਟੂ ਵੀ ਚੜ੍ਹਦੀ ਗ੍ਰੇਸ ਦਾ ਮੁੰਡਾ, 21 ਸਾਲ ਉਮਰ ਹੈ, ਉੱਠ ਉੱਠ ਕੇ ਕਬੱਡੀਆਂ ਪਾ ਰਿਹਾ ਜੇ ਪਿੰਡ ਮੈਦਾਨ ਵਿੱਚ ਜੀ ਆਏ ਕਾਸ਼ੀ ਬੱਟੂ। ਅਗਲੀ ਰੇ ਮੁਹੰਮਦ ਉਸਮਾਨ ਬਾਟੇ ਥੋੜਾ ਪਿੱਟਾ ਰਾਂਗੇ, ਚੱਲ ਵੀ ਜਵਾਨਾਂ ਪਾਕ ਖੇਡ ਮੈਦਾਨ ਵਿੱਚ ਕਬੱਡੀ ਸੁਪਰ ਸਟੇਡੀਅਮ ਅੱਜ ਠਾਠਾ ਮਾਰਦਾ ਹੋਇਆ ਪੰਡਾਲ ਇਸ ਗੱਲ ਦਾ ਸਬੂਤ ਹੈ ਕਿ ਸਾਹੀਵਾਲ ਦੀ ਕਬੱਡੀ ਰੋੜਾ ਤੋਂ ਕਰੋੜਾਂ ਤੇ ਪਹੁੰਚੀ ਹੈ। ਪਾਕਿਸਤਾਨ ਕਬੱਡੀ ਫੈਡਰੇਸ਼ਨ ਔਰ ਪੰਜਾਬ ਕਬੱਡੀ ਐਸੋਸੀਏਸ਼ਨ ਦਾ ਇੰਤਹਾਈ ਸ਼ੁਕਰੀਆ। ਅਗਲੀ ਕਬੱਡੀ ਜੀ ਕਾਸ਼ੀ ਬੱਟੂ ਨੰਬਰ ਆਪਣੀ ਇਸ ਟੀਮ ਦੇ ਵਾਸਤੇ ਜੋੜ ਚੁੱਕਿਆ ਹੈ। ਇਹ ਡਿਪਟੀ ਮੁਕਾਬਲ ਹੱਕ ਸਾਹਿਬ ਬਹਾਵਲਪੁਰ ਤੋਂ ਅੱਜ ਲੋਕ ਮਾਸ਼ਾਲਾ ਆਏ ਨੇ, ਸਾਬਕਾ ਬਾਦ ਤੋਂ ਡੈਪਕੀ ਘੋਟਕੀ ਪੀਰ ਉਸਤਾਨ ਮੁੰਜੋ ਰੱਪਾ ਰਾਣੀਪੁਰ ਗੰਬੜ ਬੜੀ ਰੋਡ ਟੱਟਰੋ ਬਰਾਲੀ ਟੋਬਾ ਗੋਦਾ ਪੀਰਮਲ ਕੁਮਾਰੀਆ ਜਾਣਾ ਸਰਗੋ ਦਾ ਨਰਵਾਲ ਸਿਆਲਕੋ ਪਸੂਰ ਜਿਵੇਂ ਦਸਕਾ ਸਾਹਿਬ ਵਾਲੇ ਤਮਾਮ ਦੋਸਤ ਵੈਲਕਮ। ਚੱਲ ਬਈ ਅਗਲੀ ਕਬੱਡੀ ਫਿਰ ਨੌਜਵਾਨ ਭੁੱਟਾ ਕਿ ਸਮਾਂ ਵੇਲੇ ਕਿਸੇ ਕੋਲ ਰਹਿ ਨਹੀਂ ਕੋ ਨਾ ਇਹ ਦਿਨ ਰਹਿਣਾ ਨਾ ਇਹ ਰਾਤ ਰਹਿਣੀ, ਸਦਾ ਬੋਏ ਤੇ ਰਹਿਣਾ ਨਹੀਂ ਸਮਾਂ ਦੀਆਂ ਨੇ, ਸਦਾ ਮਿਲਣ ਵਾਲੀ ਦੀ ਚਾਹਤ ਰਹਿਣੀ, ਸਦਾ ਚਿਹਰੇ ਤੇ ਰਹਿਣਾ ਨਹੀਂ ਲਾਲੀਆਂ ਨੇ, ਨਾ ਇਹ ਕੱਲ ਰਹਿਣੀ ਨਾ ਇਹ ਬਾਅਦ ਰਹਿਣੀ, ਅੱਗੇ ਯਾਦ ਰੱਖੀ ਜਦੋਂ ਦਿਨ ਕੱਢਿਆ ਜਵਾਨੀ ਕਿੰਨੀ ਤੇਰੀ ਮੁਕਾਬ ਰਹਿਣੀ। ਲੋ ਜੀ ਜਾਫੀ ਉੱਧਰ ਕਹਿੰਦੇ ਬੜਾ ਚਿਹੜਾ ਲੱਗਿਆ, ਕਹਿੰਦੇ ਜੀ ਕਾਸ਼ਮ ਵਧੀ ਕੰਬੋ, ਕਾਸ਼ਮ ਕੰਬੋ ਇਹਦੇ ਨਿਸ਼ਾਨਾ ਵਿਲਕਾ ਮਿਸਟਰ ਗੁਜਰਾਲ ਦੇ ਨਾਲ ਤਲਕ ਹੈ ਜੋ ਪੰਜਾਬ ਪੁਲਿਸ ਦਾ ਇਸ ਨੇ ਬੜਾ ਤਗੜਾ ਜਾਫੀ ਔਰ ਪੁਆਇੰਟ। ਜੀ ਅਗਲੀ ਕਬੱਡੀ ਆਜ਼ਮ ਪ੍ਰਿੰਸ ਜੀ ਦੂਸਰੇ ਬੰਨੇ ਚਾਰ ਕੇਂਦਰੀ ਬਿਲਕੁਲ ਜਾਫੀ ਤਿਆਰ ਪਰ ਤਿਆਰ ਨੇ ਔਰ ਦੋ ਨੰਬਰ ਤੋਂ ਗੱਭਰੂ ਲੱਗਾ, ਦੇਖਦੇ ਹਾਂ ਗੱਲ ਕੀ ਬਣਦੀ ਹੈ। ਸਮਾਂ ਜਿਹੜਾ ਉਹਦੀ ਹੀ ਤਕਦੀਰ ਪਹੁੰਚ ਚੁੱਕਿਆ ਹੈ ਔਰ ਚੱਲਦਾ ਹੋਇਆ ਮੁਕਾਬਲਾ ਪਿੰਡ ਮੈਦਾਨ ਦੇ ਵਿੱਚ ਬਿਲਕੁਲ ਢਾਉਣ ਵਾਲੀ ਗੱਲ ਕੀਤੀ ਹੈ ਨੌਜਵਾਨ ਨੇ, ਕਿਆ ਬਾਤ ਹੈ, ਜ਼ਿੰਦਾਬਾਦ ਵੈਲਡਾ। ਪੁਆਇੰਟ ਜਾਫੀ ਦਾ ਜੀ, ਇਹ ਰੈਫੀ ਸਾਹਿਬ ਦਾ ਇਸ਼ਾਰਾ ਕੇ ਪੁਆਇੰਟ ਇਹ ਜਾਫੀ ਦਾ। ਅਗਲੀ ਕਬੱਡੀ ਪਾਏਗਾ ਕਾਸ਼ੀ ਫੱਟੂ, ਚਾਹ ਨੌਜਵਾਨਾਂ ਕਿ ਕੋਈ ਰੰਗੀਆਂ ਤਸਵੀਰਾਂ ਵਰਗੇ ਹੁੰਦੇ ਨੇ, ਸੱਜਣ ਵੀ ਤਾਂ ਤਕਦੀਰਾਂ ਵਰਗੇ ਹੁੰਦੇ ਨੇ, ਜਿਹੜੇ ਜੱਗ ਤੇ ਬਹੁਤੇ ਹਾਸੇ ਵੜਦੇ ਨੇ, ਅੰਦਰੋਂ ਪਾਰਟੀਆਂ ਲੀਰਾਂ ਵਰਗੇ ਹੁੰਦੇ ਨੇ, ਅੰਦਰੋਂ ਪਾਰਟੀਆਂ ਲੀਰਾਂ ਵਰਗੇ ਹੁੰਦੇ ਨੇ। ਚੱਲ ਬਈ ਕਾਸ਼ੀ ਫੱਟੂ ਦੀ ਪਾਈ ਹੋਈ ਕਬੱਡੀ
ਤੇ ਰੰਗ ਰੰਗ ਚ ਸਮਾਈ ਹੋਈਏ, ਲੋਕਾਂ ਦੇ ਦਿਲਾਂ ਚ ਵਸਾਈ ਹੋਈਏ। ਕੌਮ ਹੈ ਜੱਟ ਤੇ ਪੰਜਾਬੀਆਂ ਦੀ, ਜਿਹਨੇ ਪ੍ਰੀਤ ਕਬੱਡੀ ਨਾਲ ਪਾਈ ਹੋਈਏ। ਵਾਹ ਜੀ ਵਾਹ, ਇਹ ਵੀ ਨੰਬਰ ਜਾਫੀ ਰਹੀ ਤਨਵੀਰ ਬਾਲਾ, 6 ਫੁੱਟ ਕਾਤੇ ਕਬੂਦਾ, ਬੜਾ ਖੂਬਸੂਰਤ ਜੁੱਸਾ ਔਰ ਬੜਾ ਖੂਬਸੂਰਤ ਪਿੰਡਾ ਇਸ ਨੌਜਵਾਨ ਦਾ। ਅਗਲੀ ਕਬੱਡੀ ਮੁਹੰਮਦ ਉਸਮਾਨ ਬਾਟ। ਹਾਂਜੀ, ਇੱਧਰਲੇ ਬੰਨੇ ਅਗਲੀ ਕਬੱਡੀ ਪਾਉਣ ਵਾਸਤੇ, ਉੱਧਰਲੇ ਬੰਨੇ ਸਮਾਨ ਪੱਟ ਦੀ ਪੈ ਗਈ ਕਬੱਡੀ। ਕਿੰਨਾ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ, ਡੌਲਿਆਂ ਨੂੰ ਜਦ ਹੱਥ ਨਹੀਂ ਪੈਂਦੇ। ਲੋਕੀ ਉਂਗਲਾ ਕਰ ਕਰ ਪੁੱਛਦੇ ਨੇ, ਇਹ ਕਿਹੜੇ ਪਿੰਡ ਦਾ ਗੱਭਰੂ ਨੰਬਰ ਮੁਹੰਮਦ ਉਸਮਾਨ ਬੱਟ ਦਾ। ਅਗਲੀ ਕਬੱਡੀ ਪਾਉਣ ਵਾਸਤੇ ਇੱਧਰ ਖਾਲ ਕੁੱਟਾ ਬੱਲੇ, ਉੱਧਰ ਦੇ ਥੱਲੇ ਕੀ ਬਣੇਗਾ, ਇੱਥੇ ਹਿੱਕਾਂ ਵਿੱਚ ਹਿੱਕਾਂ ਵੱਜਣਗੀਆਂ ਪੂਰੀਆਂ। ਬੱਲੇ ਫਿਰ ਪੈ ਗਏ ਨੇ ਸਾਨਾ ਦੇ, ਤੇ ਕੌਟੀ ਦੇ ਮੈਦਾਨ ਅੰਦਰ ਪੱਤੇ ਲੱਗਦੇ ਆ ਜਾਨਾ ਦੇ, ਉੱਧਰ ਫੈਸਲ ਗੁੱਜਰ, ਇੱਥੇ ਦੇਖਾਂਗੇ ਕੀ ਬਣੇਗਾ। ਇੱਥੇ ਉਸਤਾਦ ਗਾਬੀ ਦੀ ਕਿਸਮ ਦੱਸਣੀ ਰਾਜੀ ਸਾਹਿਬ ਜੀ, ਕਿ ਨੰਬਰ ਕਿਸਦਾ, ਨੰਬਰ 71 ਦਾ, ਨੰਬਰ ਰੇਟਰ ਦਾ ਨੰਬਰ ਹੋ ਗਿਆ ਪੰਜਾਬ, ਨੰਬਰ ਦਾ ਵਾਧਾ ਕਰ ਗਿਆ, ਨੰਬਰ ਹੋ ਗਿਆ ਪੰਜਾਬ ਦੀ ਟੀਮ ਦਾ। ਜੀ ਅਗਲੀ ਕਬੱਡੀ ਫਿਰ ਇਸ ਵਕਤ ਛੋਟਾ ਸਪਰਾ, ਛੋਟੇ ਸਪਰਾ ਦੀ ਪਾਈ ਹੋਈ ਕਬੱਡੀ ਇਸ ਗਰਾਊਂਡ ਦੇ ਵਿੱਚ 120 ਦੀ ਸਪੀਡ ਤੇ ਲੱਗਾ। ਕਿਆ ਬਾਤ ਹੈ, ਲੱਗ ਭਰਿਆ, ਕਿਆ ਬਾਤ ਹੈ, ਵੈਲਕਮ ਜ਼ਿੰਦਾਬਾਦ। ਦੋ ਫੁੱਲ ਕਿੱਕਰਾਂ ਨੇ ਰੱਬਾ ਹੁਣ ਬਣਾ ਦਿੱਤਾ, ਹੁਣ ਨਹੀਂ ਪਿਛੜਾਂਗੇ। ਜੀ ਹਾਏ, ਕਬੱਡੀ 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 ਤਨਵੀਰ ਬਾਲਾ ਤੇ ਗੁੱਜਰ, ਬਾਲਾ ਤੇ ਗੁੱਜਰ, ਬਾਲਾ ਤੇ ਗੁੱਜਰ, ਲੇਕਿਨ ਨੰਬਰ ਇਹ ਹਨਾਨ ਗੁੱਜਰ ਦਾ। ਅਗਲੀ ਕਬੱਡੀ ਮਾਰਿਆ ਪਿੰਡ ਮੈਦਾਨ ਦੇ ਵਿੱਚ ਸਮਾਨ ਫਾਟੇ ਤੇ ਲਿਖਣੇ ਵਾਲਾ ਨਫਸਾਂ ਤੋਂ, ਕੌਣੇ ਵਾਲਾ ਕਾਕੀ ਤੋਂ। ਜਦ ਕੋਈ ਸਾਜੀ ਸਾਜ ਵਜਾਉਂਦਾ ਹੈ, ਉਹਦੇ ਵੱਜਦੇ ਹੋਏ ਸਾਜਾਂ ਤੋਂ ਪਤਾ ਲੱਗ ਜਾਂਦਾ ਇਹਨੇ ਕੀ ਸਿੱਖਿਆ ਉਸਤਾਦਾਂ ਤੋਂ, ਇਹਨੇ ਕੀ ਸਿੱਖਿਆ ਉਸਤਾਦਾਂ ਤੋਂ। ਅੱਜ ਦਾ ਸੁਪਰ ਸਟਾਰ ਕਬੱਡੀ ਮੈਚ, ਇੰਤਹਾਈ ਸ਼ੁਕਰੀਆ ਤਮਾਮ ਅਫਸਰੇ ਬਾਲਾ ਦਾ ਔਰ ਮੇਰੇ ਸਟੇਟ ਕਮੇਟੀ ਦੇ ਅੱਗੇ ਮਹਿਮਾਨ ਖਸੂਸੀ ਤਮਾਮ ਦੋਸਤਾਂ ਦਾ ਸ਼ੁਕਰੀਆ। ਕਬੱਡੀ ਪਾਏਗਾ ਕਾਸ਼ੀ ਫੱਟੂ, ਚਾਲੇ ਜਵਾਨਾ ਕਹਿੰਦੇ ਚੜ੍ਹਦੀ ਗ੍ਰੇਸ ਦਾ ਮੁੰਡਾ ਇਸ ਪਿੰਡ ਮੈਦਾਨ ਦੇ ਵਿੱਚ, ਔਰ ਦੂਸਰੇ ਬੰਨੇ ਚਾਲ ਜਾਫੀ ਨੇ, ਕਹਿੰਦੇ ਜਾਫੀ ਵੀ ਬੜਾ ਤਗੜਾ ਲੱਗਾ, ਕਬੱਡੀ ਵੀ ਬੜਾ ਤਗੜਾ ਲੱਗਾ। ਰੱਬ ਜਿਹਨੂੰ ਦਵੇ ਮਰਨ ਮਰਾਣ ਵਾਲੀ ਕਬੱਡੀ, ਹੌਸਲੇ ਗਰਮ, ਜਜ਼ਬਾਤ ਗਰਮ, ਖੂਨ ਗਰਮ, ਫਿਫੜੇ ਗਰਮ, ਪਿੱਤੇ ਗਰਮ। ਪੁਆਇੰਟ ਰੇਟਰ ਜੀ, ਚੱਲ ਬਈ ਆਜ਼ਮ ਪ੍ਰਿੰਸ। ਹਾਂਜੀ, ਅਗਲੀ ਕਬੱਡੀ ਪਾਉਣ ਵਾਸਤੇ ਇੱਧਰ ਆਜ਼ਮ ਪ੍ਰਿੰਸ ਦੀ ਪੈ ਗਈ ਕਬੱਡੀ, ਉੱਧਰ 4 ਜਾਫੀ ਲੱਗੇ ਨੇ ਪੱਲੇ। ਇੱਥੇ ਲੱਗਣਾ ਪਤਾ ਕੌਣ ਨੰਬਰ ਵਾਲੇ ਜਾਫੀ ਨਾਲ ਹੋ ਗਈ ਟੱਕਰ, ਸਾਲਾਂ ਦੇ ਪਿੜ ਪੈ ਗਏ। ਇੱਥੇ 3 ਸਕਿੰਟਾਂ ਦਾ ਬੇੜਾ ਦੱਸੇ ਕਿ ਨੰਬਰ ਜਾਫੀ ਦਾ ਨੰਬਰ ਯਾਰਾ ਕੋਲ ਪਰੇ ਹੋ, ਨੰਬਰ ਦੋਵੇਂ ਟੀਮਾਂ ਦੇ ਬਰਾਬਰ, 42-42 ਨੰਬਰ ਬਰਾਬਰ। ਤਾੜੀ ਆਉਣੀ ਚਾਹੀਦੀ ਹੈ, ਤਾੜੀ ਅਮਰ ਤਬੀਅਤ ਖੁਸ਼ ਹੋ, ਤਾੜੀ ਮਾਰ ਦਿਓ। ਚੱਲ ਬਈ ਕਬੱਡੀ ਪਾ ਰਿਹਾ ਨੌਜਵਾਨ ਹਨਾਨ, ਹਨਾਨੀ ਗੁੱਜਰ, ਬੜਾ ਸੋਹਣਾ ਖਿਡਾਰੀ ਇਸ ਵਕਤ ਪੇਡ ਮੈਦਾਨ ਦੇ ਵਿੱਚ, ਔਰ ਦੂਸਰੇ ਬੰਨੇ ਵਾਲਾ ਤਨਵੀਰ ਵਾਲਾ ਲਾਗਿਆ, ਮੁਕਾਬਲ ਹੱਕ ਸਾਹਿਬ ਤੁਹਾਡਾ ਆਪਣਾ ਪੁੱਤਰ। ਲੇਕਿਨ ਸਾਡੇ ਨਾਲ ਨਾਈਮਾਨ ਵਾਲੇ ਤਾਰਕ ਸਾਹਿਬ ਦਾ ਇਸ਼ਾਰਾ ਕਰ ਪੁਆਇੰਟ, ਪਾਕਿਸਤਾਨ ਪੰਜਾਬ ਪੁਲਿਸ ਜ਼ਿੰਦਾਬਾਦ ਜੀ। ਚੱਲ ਬਈ ਅਗਲੀ ਕਬੱਡੀ ਫਿਰ ਗਰਾਊਂਡ ਦੇ ਵਿੱਚ, ਉਸਮਾਨ ਬੱਟ। ਜੀ ਜੀ ਅਬਦੁੱਲਾ, ਲਓ ਦੋ ਨੰਬਰਾਂ ਦਾ ਫਰਕ ਪੈ ਚੁੱਕਿਆ, 42 ਔਰ 44। ਲੈ ਬਈ ਹੁਣ ਪਤਾ ਲੱਗਣਾ ਬਿਲਕੁਲ ਅਨ ਕਰੀਬ, ਜਿਹੜਾ ਮੈਚ ਨਾ ਆਖਰੀ ਲਮਹਾਤ ਤੇ, ਮੈਚ ਦੀਆਂ ਆਖਰੀ ਘੜੀਆਂ ਚੱਲ ਰਹੀਆਂ ਨੇ ਜੀ। ਚੱਲ ਬਈ ਅੱਗੇ ਉਹ ਮੁੱਖ ਮਹਿਮਾਨ ਆਏ ਨੇ ਜਿਨ੍ਹਾਂ ਨੇ 24 ਜ਼ੋਰ ਲਾਈ ਸ਼ਹੀਦ ਤੋਂ ਬਾਅਦ, ਜਿਹੜੀ ਟੀਮ ਇਰਾਨ ਦਾ ਦੌਰਾ